ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੋਸਤੋ, ਜ਼ਿੰਦਗੀ ਦੇ ਵਿੱਚ ਬਹੁਤ ਕੁਛ ਹੁੰਦਾ ਹੈ, ਬਹੁਤ ਕੁਛ ਨਹੀਂ ਵੀ ਹੁੰਦਾ। ਅੱਜ ਅਸੀਂ ਲਾਈਵ ਸ਼ੋਅ ਅਸੀਂ ਤੁਸੀਂ ਸਾਡਾ ਸੁਣ ਰਹੇ ਹੋ, ਦੇਖ ਵੀ ਰਹੇ ਹੋ, ਔਰ ਵੱਖ ਵੱਖ ਪਲੇਟਫਾਰਮ ਤੇ ਅਸੀਂ ਤੁਹਾਡੇ ਦਾ ਰੂਬਰੂ ਹੁੰਦੇ। ਸੋ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਰੋਜ਼ਮਰ੍ਹਾ ਦੀ ਜ਼ਿੰਦਗੀ ਚੱਲਦਾ ਰਹਿੰਦਾ ਹੈ। ਲਹਿਲ ਸਾਹਿਬ ਜੀ, ਪਹਿਲਾਂ ਤਾਂ ਤੇਂਦਰ ਮੈਮ ਤੁਹਾਡਾ ਵੀ ਤੇ ਲਹਿਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੋਅ ਦੇ ਵਿੱਚ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਕੁਲਵੰਤ ਗਿੱਲ ਜੀ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਔਰ ਜਿਹੜੀ ਸਾਡੀ ਆਡੀਅੰਸ ਸਾਨੂੰ ਦੇਖ ਰਹੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਅਸੀਂ ਤਿੰਨ ਜਣੇ ਲਾਈਵ ਹੋ ਰਹੇ ਹਾਂ, ਔਰ ਪੂਰੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਵੱਖ ਵੱਖ ਮੁਲਕਾਂ ਦੇ ਵਿੱਚ ਜਿੱਥੇ ਵੀ ਜਿੱਥੇ ਸਾਨੂੰ ਲੋਕ ਦੇਖ ਰਹੇ ਨੇ, ਸੁਣ ਰਹੇ ਨੇ, ਸੋ ਸਾਡੇ ਤਿੰਨਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਐ ਅੱਜ ਅਸੀਂ ਸਭ ਤੋਂ ਪਹਿਲਾਂ ਵੱਖ ਵੱਖ ਵਿਸ਼ਿਆਂ ਦੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਉਸ ਮਾਸੂਮ ਬੱਚੀ ਦੀ ਗੱਲਬਾਤ ਕਰਾਂਗੇ ਜਿਸ ਬੱਚੀ ਨੂੰ ਅੱਜ ਤੋਂ 2 ਸਾਲ, ਸਵਾ 2 ਸਾਲ ਪਹਿਲਾਂ ਜਿਹਨੂੰ ਮਿੱਟੀ ਦੇ ਟੋਏ ਪੱਟ ਕੇ ਇੱਕ ਨੀਲਮ ਨਾਮ ਦੀ ਕੁੜੀ ਸੀ ਉਹਨੇ ਦੱਬ ਕੇ ਮਾਰਤਾ ਸੀ ਮਿੱਟੀ ਵਿੱਚ, ਮੂੰਹ ਦੇ ਵਿੱਚ ਰੇਤਾ ਪਾ ਕੇ, ਔਰ ਕੱਲ੍ਹ ਉਸ ਲੜਕੀ ਨੂੰ ਫਾਂਸੀ ਜਿਹੜੀ ਹੈਗੀ ਹੈ ਉਹ ਹੋਈ ਸੀ। ਉਸ ਤੋਂ ਬਾਅਦ ਅੱਜ ਪੂਰਾ ਪਰਿਵਾਰ ਜਿਹੜਾ ਹੈ ਲਹਿਲ ਸਾਹਿਬ ਜੀ ਉਹਦੀ ਸਮਾਧੀ ਕਹਿ ਸਕਦੇ ਹਾਂ ਜਿੱਥੇ ਉਹ ਬੱਚੀ ਦੱਬੀ ਸੀ ਉੱਥੇ ਉਹ ਗਏ ਸੀ, ਮਾਪੇ ਗਏ ਸੀ ਰੋਂਦੇ ਕਰ ਲਾਉਂਦੇ। ਸੋ ਉਸ 'ਤੇ ਆਪਾਂ ਮਾੜੀ ਮੋਟੀ ਚਰਚਾ ਕਰਾਂਗੇ ਕਿਉਂਕਿ ਚਰਚਾ ਬਣਦੀ ਵੀ ਹੈ ਕਿ ਮਾਸੂਮ ਬੱਚੀ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਸੀ, ਔਰ ਪੇਰੈਂਟਸ ਕਿੰਨਾ ਦੁਖੀ ਹੈ, ਪੇਰੈਂਟਸ ਕਿੰਨਾ ਗਮਗੀਨ ਹੈ, ਔਰ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਸਾਡੀ ਬੱਚੀ ਦੇ ਨਾਲ ਕੀ ਹੋਇਆ। ਇਨਸਾਫ ਮਿਲਣ ਤੋਂ ਬਾਅਦ ਵੀ ਮਾਂ ਕਹਿੰਦੀ ਹੱਥ ਖਾਲੀ ਦੇ ਖਾਲੀ। ਸਭ ਤੋਂ ਪਹਿਲਾਂ ਮੈਂ ਤੇਜਿੰਦਰ ਤੁਹਾਡੇ ਨਾਲ ਗੱਲਬਾਤ ਕਰੂੰਗਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਕੱਲ੍ਹ ਲਾਈਵ ਕਰਿਆ ਸੀ ਇਸ ਵਿਸ਼ੇ ਤੇ, ਔਰ ਤੁਸੀਂ ਨੇੜਿਓਂ ਉਹਨਾਂ ਦੇ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਸੀ, ਲੋਕਾਂ ਦੇ ਨਾਲ ਫੇਸਬੁੱਕ ਤੇ ਲਾਈਵ ਹੋ ਕੇ ਗੱਲਬਾਤ ਕੀਤੀ ਸੀ, ਥੋੜਾ ਕੀ ਨਜ਼ਰੀਆ ਦੇ ਵਿੱਚ, ਉਸ ਤੋਂ ਬਾਅਦ ਫਿਰ ਮੈਂ ਲਹਿਲ ਸਾਹਿਬ ਨਾਲ ਗੱਲਬਾਤ ਕਰਾਂ। ਸੋ ਗਿੱਲ ਸਾਹਿਬ, ਬਹੁਤ ਹੀ ਇਹ ਮੰਦਭਾਗੀ ਘਟਨਾ ਸੀ। ਘਟਨਾ 28 ਨਵੰਬਰ 2021 ਦੀ ਹੈ, ਜਿੱਥੇ ਇੱਕ 28 ਸਾਲਾ ਦਿਲਰੋਜ ਨੂੰ ਉਸਦੀ ਆਪਣੀ ਹੀ ਗਵਾਂਢਣ, ਜੋ ਕਿ ਭੂਆ ਕਹਾਉਂਦੀ ਸੀ, ਭੂਆ ਦੇ ਬਦਲੇ ਉਹਨੂੰ ਮੌਤ ਮਿਲੀ ਹੈ। ਟੋਫੀ ਦਿਵਾਉਣ ਦੇ ਬਦਲੇ ਉਹ ਲੈ ਕੇ ਜਾਂਦੀ ਹੈ ਅਗਵਾ ਕਰਕੇ ਸਕੂਟੀ ਤੇ। ਪਤਾ ਉਦੋਂ ਲੱਗਦਾ ਜਦੋਂ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਹੈ। ਜੇਕਰ ਸੀਸੀਟੀਵੀ ਫੁਟੇਜ ਸਾਹਮਣੇ ਨਾ ਆਉਂਦੀ, ਜਿਹੜੀ ਇੱਕ ਨੌਣੀ ਹਰਕਤ ਉਸ ਨੀਲਮ ਦੋਸ਼ੀ ਦੁਆਰਾ ਕੀਤੀ ਗਈ ਸੀ, ਉਸਦੇ ਬਾਰੇ ਪਤਾ ਨਹੀਂ ਸੀ ਲੱਗਣਾ। ਉਹ ਨੀਲਮ ਮਖੋਟਾ ਪਾ ਕੇ ਉਸਦੇ ਪਰਿਵਾਰ ਕੋਲ ਜਾਂਦੀ ਹੈ, ਫਿਰ ਕਹਿੰਦੀ ਹੈ ਕਿ ਜਿਹੜੀ ਦਿਲਰੋਜ਼ ਹੈ ਉਹ ਕਿਤੇ ਗਾਇਬ ਹੋ ਗਈ। ਸੋ ਮਾਪੇ ਉਸਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੈ। ਜਦੋਂ ਮਾਪਿਆਂ ਨੂੰ ਉਹ ਦਿਲਰੋਜ਼ ਨਹੀਂ ਲੱਭਦੀ ਤਾਂ ਪੁਲਿਸ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਜਾਂਦੀ ਹੈ। ਸ਼ਿਕਾਇਤ ਤੋਂ ਬਾਅਦ ਜਦੋਂ ਪੁਲਿਸ ਨੇ ਤਫਤੀਸ਼ ਸ਼ੁਰੂ ਕੀਤੀ ਤਾਂ ਤਫਤੀਸ਼ ਦੇ ਵਿੱਚ ਕੀ ਸਾਹਮਣੇ ਆਇਆ, ਜਦੋਂ ਸੀਸੀਟੀਵੀ ਫੁਟੇਜ ਦੇਖੀਆਂ ਗਈਆਂ ਤਾਂ ਜਿਹੜੀ ਦਿਲਰੋਜ਼ ਹੈ 28 ਸਾਲਾਂ ਮਾਸੂਮ ਬੱਚੀ ਨੂੰ ਉਸੇ ਦੀ ਹੀ ਗੁਆਂਢਣ, ਜਿਹੜੀ ਕਹਿ ਰਹੀ ਸੀ ਕਿ ਮੈਨੂੰ ਦਿਲਰੋਜ਼ ਬਾਰੇ ਨਹੀਂ ਪਤਾ, ਰਿਸ਼ਤੇਦਾਰੀ ਚ ਗਿੱਲ ਸਾਹਿਬ ਦੱਸੋ ਭੂਆ ਬਣੀ ਵੀ ਸੀ, ਔਰ ਉਹ ਉਹਨਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਜਿਹੜੀ ਦਿਲਰੋਜ਼ ਸੋਰੀ ਜਿਹੜੀ ਨੀਲਮ ਹੈ ਉਹ ਕੋਈ ਖਾਰ ਖਾਂਦੀ ਸੀ ਉਹਦੇ ਪੇਰੈਂਟਸ ਨਾਲ, ਜਿਹੜੀ ਛੋਟੀ ਬੱਚੀ ਹੈ, ਪਤਾ ਨਹੀਂ ਕਿਹੜੀ ਗੱਲ ਨੂੰ ਲੈ ਕੇ ਉਹ ਖਾਰ ਖਾਂਦੀ ਸੀ ਭੂਆ ਦੇ ਨਾਮ ਤੇ। ਉਹ ਕਲੰਕ ਬਣ ਕੇ ਆਈ ਸੀ, ਔਰ 28 ਸਾਲਾ ਬੱਚੀ ਨੂੰ ਟੋਫੀ ਦੇ ਬਹਾਨੇ ਕੀ ਦੇ ਕੇ ਗਈ ਹੈ, ਮੌਤ। ਸੋ ਲਹਿਲ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਸਾਡੇ ਨਾਲ ਲਹਿਲ ਸਾਹਿਬ ਨਰਿੰਦਰ ਸਿੰਘ ਜੀ, ਲਹਿਲ ਜਿਹੜੇ ਕਿ ਸੀਨੀਅਰ ਪੱਤਰਕਾਰ ਨੇ ਕੈਨੇਡਾ ਤੋਂ, ਉਹ ਸਾਡੇ ਨਾਲ ਜੁੜੇ ਹੋਏ ਨੇ ਇਸ ਸਮੇਂ ਸਟੂਡੀਓ ਕੈਨੇਡਾ ਦੇ ਸਟੂਡੀਓ ਦੇ ਵਿੱਚੋਂ। ਲਹਿਲ ਸਾਹਿਬ, ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਤੁਹਾਡਾ ਨਜ਼ਰੀਆ ਜਿਹੜਾ ਹੈ ਉਹ ਡਿਫਰੈਂਟ ਹੋ ਸਕਦਾ ਹੈ, ਫਾਂਸੀ ਦੀ ਸਜ਼ਾ ਹੋਈ ਹੈ, ਤੁਸੀਂ ਇਹਨੂੰ ਕਿਵੇਂ ਲੈ ਕੇ ਚੱਲਦੇ ਹੋ, ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਕਤਲ ਹੋਏ ਨੇ। ਇਹ ਕੋਈ ਪਹਿਲਾ ਕਤਲ ਨਹੀਂ ਹੈ ਦਿਲਰੋਜ਼ ਦਾ, ਕਿ ਪਹਿਲੀ ਵਾਰ ਕਿਸੇ ਔਰਤ ਨੇ ਅਗਵਾ ਕੀਤਾ, ਉਹਨੂੰ ਮਿੱਟੀ 'ਚ ਟੋਏ 'ਚ ਦੱਬਤਾ, ਉਹਦੀ ਮੌਤ ਹੋ ਗਈ। ਔਰ ਮੇਰੇ ਹਿਸਾਬ ਦੇ ਨਾਲ ਪਹਿਲਾਂ ਇਸ ਕੇਸ ਦੇ ਵਿੱਚ ਕਦੇ ਕਿਸੇ ਨੂੰ ਫਾਂਸੀ ਹੋਈ ਹੈ ਜਾਂ ਨਹੀਂ ਹੋਈ,
ਥੋੜਾ ਨਜ਼ਰੀਆ ਕੀ ਹੈ, ਤੁਹਾਡਾ ਜਾਤੀ ਤਜਰਬਾ ਕੀ ਕਹਿੰਦਾ ਇਸ ਵਿਸ਼ੇ? ਗਿੱਲ ਸਾਹਿਬ, ਗੱਲ ਇਹ ਆ ਵੀ ਜਿਹੜੀ ਦਿਲਰੋਜ਼ ਛੋਟੀ ਬੱਚੀ ਸੀ, ਜਿਹੜੀ ਨਵੰਬਰ 2021 ਨੂੰ ਉਹਦੀ ਗੁਆਂਢਣ ਬਣੀ ਭੂਆ ਜਿਹੜੀ ਸੀ, ਮੂੰਹ ਬੋਲੀ ਭੂਆ ਸੀ, ਉਹਦੇ ਵੱਲੋਂ ਉਹਨੂੰ ਅਗਵਾ ਕਰਕੇ ਜਿਹੜਾ ਉਹਦਾ ਕਤਲ ਕਰ ਦੇਣਾ, ਇੱਕ ਬਹੁਤ ਵੱਡੀ ਜਿਹਨੂੰ ਕਹਿ ਦਈਏ ਵੀ ਘਿਨਾਉਣੀ ਇਹ ਜਿਹੜੀ ਹੈ ਹਰਕਤ, ਦਿਲ ਨੂੰ ਕੰਬਾ ਦਿੰਦੀ ਹੈ। ਇੱਕ ਮਾਸੂਮ ਬੱਚੀ ਜਿਹਨੇ ਇਹ ਦੁਨੀਆ ਵੇਖਣੀ ਸੀ, ਪਰ ਉਹਦੀ ਦੁਨੀਆ ਵੇਖਣ ਤੋਂ ਪਹਿਲਾਂ ਹੀ ਉਹਦਾ ਜਿਹੜਾ ਉਹਨੂੰ ਕਤਲ ਕਰ ਦੇਣਾ, ਇਹ ਤੋਂ ਵੱਡੀ ਹੋਰ ਮਾੜੀ ਘਟਨਾ ਕੀ ਹੋ ਸਕਦੀ ਹੈ? ਉਹਨਾਂ ਮਾਪਿਆਂ ਲਈ ਤਾਂ ਹੈ ਹੀ ਸੀ, ਸਮਾਜ ਲਈ ਇੱਕ ਵੱਖਰਾ ਜਿਹੜਾ ਸੁਨੇਹਾ ਦੇ ਕੇ ਚਲੇ ਗਈ। ਮੈਂ ਕਈ ਵਾਰ ਇਹ ਗੱਲ ਸੋਚਦਾ ਹੁੰਦਾ ਕਿ ਸਾਡੇ ਜਿਹੜੇ ਮਨੋਵਿਗਿਆਨਿਕ ਜਿਹੜੇ ਚਿਕਿਤਸਾ ਨੇ, ਡਾਕਟਰ ਨੇ, ਉਹ ਇਹ ਅਜੇ ਜਾਣ ਕਿਉਂ ਨਹੀਂ ਸਕੇ ਕਿ ਮਨੁੱਖ ਦੇ ਅੰਦਰ ਏਦਾਂ ਦੀ ਘਿਨਾਉਣੀ ਕਾਰਵਾਈ ਕਰਨ ਵਾਲੀ, ਇੱਕ ਕਤਲ ਕਰਨਾ ਜਾਂ ਕਿਸੇ ਨੂੰ ਅਗਵਾ ਕਰਨਾ, ਉਹ ਕਿੱਥੋਂ ਦਿਲ ਲੈ ਕੇ ਆਉਂਦੇ ਨੇ? ਇੱਕ ਬਹੁਤ ਵੱਡਾ ਜਿਗਰਾ ਲੈ ਕੇ ਆਉਣਾ, ਕਿ ਉਹ ਮਾਨਸਿਕ ਰੋਗੀ ਹੁੰਦੇ ਨੇ, ਜਾਂ ਉਹ ਇਸ ਗੱਲ ਲਈ ਬਦਲਾ ਲਊ ਭਾਵਨਾ ਉਹਨਾਂ 'ਚ ਹੁੰਦੀ ਆ, ਜਾਂ ਉਹ ਕਿਹੜੇ ਕਾਰਨ ਨੇ ਜਿਨ੍ਹਾਂ ਕਾਰਨਾਂ ਨੂੰ ਅਜੇ ਤੱਕ ਸਾਡੇ ਮਨੋਵਿਗਿਆਨਿਕ ਡਾਕਟਰ ਜਿਹੜੇ ਨੇ, ਮਾਨਸਿਕ ਰੋਗਾਂ ਦੇ ਜਿਹੜੇ ਡਾਕਟਰ ਨੇ, ਉਹ ਵੀ ਅਜੇ ਕਲੀਅਰ ਕਰ ਨਹੀਂ ਪਾਏ? ਇਹ ਉਹ ਮਤਲਬ ਵਕਤ ਹੁੰਦਾ ਜਦੋਂ ਬੰਦਾ ਬੰਦੇ ਨੂੰ ਚੁੱਕ ਕੇ ਲੈ ਕੇ ਜਾਂਦਾ, ਜਾਂ ਬੱਚੇ ਨੂੰ ਚੁੱਕ ਕੇ ਲੈ ਕੇ ਜਾਂਦਾ, ਅਤੇ ਉਸ ਤੋਂ ਬਾਅਦ ਉਹਦਾ ਕਤਲ ਕਰਦੇ ਨੇ, ਔਰ ਬਹੁਤ ਵੱਡੀ ਘਿਨਾਉਣੀ ਕਾਰਵਾਈ ਕਰਦੇ ਨੇ, ਅਤੇ ਉਹਦਾ ਸੰਤਾਪ ਜਿਹੜਾ ਉਹਦੇ ਮਾਂ ਬਾਪ ਨੂੰ ਭੁਗਤਣਾ ਪੈਂਦਾ। ਅਤੇ ਅੱਜ 2.5 ਸਾਲ ਬਾਅਦ ਜਿਹੜੀ ਸੈਸ਼ਨ ਕੋਰਟ ਲੁਧਿਆਣਾ ਹੈ, ਉਹਦੇ ਵੱਲੋਂ ਉਹਨਾਂ ਨੂੰ ਉਮਰ ਕੈਦ ਦੀ ਜਿਹੜੀ ਸਜ਼ਾ ਦੇ ਦਿੱਤੀ ਗਈ ਆ। ਕੱਲ੍ਹ ਇਹ ਮੰਗ ਜ਼ਰੂਰ ਕੀਤੀ ਗਈ ਸੀ ਵੀ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ, ਪਰਚਾ 302 ਦਾ ਸੀ, ਇੱਕ ਧਾਰਾ ਹੋਰ ਆ 371 ਆ, ਪਤਾ ਨਹੀਂ 300 ਕੁਛ ਹੈ, ਉਹਦੇ 'ਚ ਉਹਨੂੰ 5 ਸਾਲ ਦੀ ਸਜ਼ਾ ਜਿਹੜੀ ਆ ਦਿੱਤੀ ਗਈ, ਔਰ 302 'ਚ ਉਹਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ ਉਹ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਆ। ਹੁਣ ਲੋਕ ਮੰਗ ਤਾਂ ਬਹੁਤ ਕਰਦੇ ਨੇ, ਕਿਉਂਕਿ ਪਹਿਲਾਂ ਵੀ ਅਨੇਕਾਂ ਘਟਨਾ ਘਟੀਆਂ ਨੇ, ਕਿਉਂਕਿ ਹਮੇਸ਼ਾ ਹੀ ਜਿਹੜੀ ਕੋਰਟ ਹੈ ਉਹ ਐਵੀਡੈਂਸ ਔਰ ਉਹਦੀ ਜਿਹੜੀ ਮਤਲਬ ਸਰਕਮਸਟਾਂਸਿਸ ਜਿਹੜੇ ਕੇਸ ਦੇ ਵੇਖ ਕੇ ਹੀ ਜਿਹੜੀ ਉਹ ਸਜ਼ਾ ਨਿਰਧਾਰਤ ਕਰਦੀ ਹੈ। ਲੋਕੀ ਮੰਗ ਜ਼ਰੂਰ ਕਰਦੇ ਆ, ਕਿਉਂ ਕੱਲ ਮੰਗ ਵੀ ਬਹੁਤ ਵੱਡੇ ਪੱਧਰ ਤੇ ਸੀ ਵੀ ਇਹਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਆ, ਪਰ ਜੱਜ ਨੇ ਜਦੋਂ ਫੈਸਲਾ ਉਮਰ ਕੈਦ ਦਾ ਟਿਲ ਡੈਥ ਦਾ ਦੇਣ ਲੱਗਾ, ਤਾਂ ਕਹਿੰਦੇ ਨੇ ਵੀ ਜੱਜ ਵੀ ਜਿਹੜਾ ਰੋ ਪਿਆ ਸੀ। ਔਰ ਇਸ ਕੇਸ ਦੇ ਵਿੱਚ ਜਿਹੜੇ ਸਾਡੇ ਪਰਮਪਾਲ ਜਿਹੜੇ ਐਡਵੋਕੇਟ ਸੀ ਘੁੰਮਣ ਸਾਹਿਬ, ਉਹਦੀ ਬਹੁਤ ਵੱਡੀ ਜਿਹੜੀ ਹੈ ਇਸ ਗੱਲ 'ਚ ਜਿਹੜੀ ਉਹ ਯਤਨ ਸੀ ਵੀ 2.5 ਸਾਲ ਬਾਅਦ, ਕਿਉਂਕਿ ਆਮ ਤੌਰ 'ਤੇ ਜਿਹੜੇ ਕੇਸ ਨੇ ਇੱਦਾਂ ਦੇ ਜਾਂ ਹੋਰ ਕੇਸ ਨੇ ਕਤਲਾਂ ਦੇ, ਉਹਨਾਂ ਦੀ ਸਜ਼ਾ ਲਮਕ ਜਾਂਦੀ ਆ, ਉਹ ਲਮਕ ਕੇ ਉਦੋਂ ਤੱਕ ਉਹ ਜਿਹੜਾ ਸੰਤਾਪ ਹੈ ਉਹ ਵਿਚਾਰਾ ਜਿਹੜਾ ਭੁਗਤ ਰਿਹਾ ਹੁੰਦਾ ਜਾਂ ਸਮਾਜ ਉਹਨੂੰ ਭੁੱਲ ਜਾਂਦਾ, ਕਿਉਂਕਿ ਅੱਜ ਇੱਕ ਘਟਨਾ ਘਟੀ ਆ ਕੱਲ੍ਹ ਦੂਜੀ ਘਟਨਾ ਘਟ ਜਾਂਦੀ ਹੈ ਤਾਂ ਸਮਾਜ ਭੁੱਲ ਜਾਂਦਾ। ਪਰ ਇਹ ਇੰਨੀ ਜਲਦੀ ਔਰ ਵਧੀਆ ਫੈਸਲਾ ਜਿਹੜਾ ਜੱਜਸ ਨੇ ਦਿੱਤਾ, ਤਾਂ ਕਿ ਸਮਾਜ ਦੇ ਅੰਦਰ ਇਹੋ ਜਿਹੇ ਘਿਨਾਉਣੇ ਕਾਰਨਾਮੇ ਕਰਨ ਵਾਲੇ ਮਾਨਸਿਕ ਜਿਹੜੇ ਰੋਗੀ ਨੇ, ਇਹ ਨੀਲਮ ਵਰਗੇ ਜਿਹਦੇ ਚਿਹਰੇ ਤੇ ਅਜੇ ਤੱਕ ਵੀ ਇਹੋ ਜਿਹੀ ਸ਼ਿਕਨ ਨਹੀਂ ਕਿ ਮੈਂ ਇੱਕ ਬੱਚੀ ਦੀ ਜਾਨ ਲਈ ਆ, ਸੋ ਸਾਰੇ ਸਮਾਜ ਨੂੰ ਇਹੋ ਜਿਹੇ ਬੰਦਿਆਂ ਦਾ ਬਾਈਕਾਟ ਕਰਨਾ ਚਾਹੀਦਾ। ਔਰ ਇਹ ਬਹੁਤ ਵਧੀਆ ਜਿਹੜੀ ਸਜ਼ਾ ਦਿੱਤੀ ਗਈ ਆ, ਭਾਵੇਂ ਕਿ ਸੈਸ਼ਨ ਜੱਜ ਨੇ ਉਹਨੂੰ 1 ਮਹੀਨੇ ਦਾ ਟਾਈਮ ਦਿੱਤਾ ਨੀਲਮ ਨੂੰ ਵੀ ਉਹ ਆਪਣੀ ਜਿਹੜੀ ਅਪੀਲ ਹਾਈ ਕੋਰਟ 'ਚ ਪਾ ਸਕਦੀ ਹੈ, ਹਾਈ ਕੋਰਟ 'ਚ ਜਾ ਕੇ ਇਹਨੂੰ ਫਾਂਸੀ 'ਚ ਤਬਦੀਲੀ ਕੀਤਾ ਜਾ ਸਕਦਾ। ਇਹ ਕੋਈ ਜ਼ਰੂਰੀ ਨਹੀਂ ਕਿ ਉਮਰ ਕੈਦ ਜਿਹੜੀ ਹੋਈ ਆ ਜਾਂ ਇਹਨੂੰ ਟਿਲ ਡੈਥ ਤੱਕ ਜਿਹੜੀ ਉਹਦੀ ਉਮਰ ਕੈਦ ਹੈ, ਇਸ ਨੂੰ ਸਜ਼ਾ ਨੂੰ 302 ਦੇ ਤਹਿਤ, ਕਿਉਂਕਿ ਇਹ ਲੀਗਲ ਸਾਰੇ ਜਿਹੜੇ ਓਪੀਨੀਅਨ ਹੁੰਦੇ ਨੇ, ਲੀਗਲ ਤੌਰ 'ਤੇ ਜਿਹੜਾ ਕੇਸ ਹੈ ਜਿਹੜੀ ਕੋਰਟ 'ਚ ਜਦੋਂ ਜਾਂਦੇ ਆ, ਗਵਾਹੀਆਂ ਜਾਂ ਸਾਰਾ ਕੁਛ ਨੂੰ ਵੇਖ ਕੇ ਲੀਗਲ ਤੌਰ 'ਤੇ ਜਿਹੜੀ ਉਹਦੀ ਮੈਰਿਟ ਬਣਦੀ ਹੈ ਉਹਦੇ ਅਕੋਰਡਿੰਗ ਹੀ ਸਜ਼ਾ ਜਿਹੜੀ ਆ ਉਹ ਕੋਰਟ ਦਿੰਦੀ ਹੈ। ਇਹ ਸਜ਼ਾ ਅੱਗੇ ਟ੍ਰਾਂਸਫਰ ਵੀ ਵੱਧ ਵੀ ਸਕਦੀ ਹੈ।
ਇਹ ਹੋ ਸਕਦਾ ਇਹ ਲੈ ਸਾਹਿਬ ਇਹ ਗੱਲ ਕਲੈਰੀਫਾਈ ਕਰੋ, ਤੁਸੀਂ ਹੁਣ ਉਮਰ ਕੈਦ ਜੀ ਦਾ ਗੱਲ ਕਹੀ ਹੈ ਜੀ, ਕੱਲ ਫਾਂਸੀ ਦੀ ਸਜ਼ਾ ਹੋਈ ਹੈ ਮੇਰੇ ਖਿਆਲ ਨਾਲ? ਨਹੀਂ, ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਸੀ, ਜਿਹੜੀ ਸਜ਼ਾ ਅੱਜ ਅਨਾਉਂਸ ਕੀਤੀ ਗਈ ਹੈ ਨਾ, ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਪਹਿਲਾਂ 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 16 ਅਪ੍ਰੈਲ ਨੂੰ ਫੈਸਲਾ ਆਣਿਆ ਸੀ, 16 ਅਪ੍ਰੈਲ ਨੂੰ ਫੈਸਲਾ ਉਸ ਦਿਨ ਰਾਖਵਾਂ ਰੱਖ ਲਿਆ ਗਿਆ ਸੀ ਫੈਸਲਾ। ਹਾਂਜੀ, ਪਰ ਜਿੱਥੋਂ ਤੱਕ ਮੈਂ ਅੱਜ ਪੜ੍ਹਿਆ ਉਹਦੇ ਮੁਤਾਬਕ, ਮੈਨੂੰ ਮੈਂ ਜਿਹੜੀ ਅਖਬਾਰਾਂ 'ਚ ਜਾਂ ਹੋਰ ਨਾ ਥਾਵਾਂ 'ਤੇ ਦੇਖਿਆ, ਉਹਦੇ 'ਚ ਇਹੀ ਵੀ ਮੰਗ ਜ਼ਰੂਰ ਫਾਂਸੀ ਦੀ ਕੀਤੀ ਗਈ ਸੀ, ਪਰ ਉਹਨਾਂ ਨੂੰ ਟਿਲ ਡੈਥ ਤੱਕ, ਟਿਲ ਡੈਥ ਦਾ ਮਤਲਬ ਵੀ ਉਦੋਂ ਤੱਕ ਇਹ ਬਾਹਰ ਨਹੀਂ ਆ ਸਕਦੀ ਜਦ ਤੱਕ ਇਹਦੀ ਮੌਤ ਨਹੀਂ ਹੋ ਜਾਂਦੀ। ਫਾਂਸੀ ਇੱਕਦਮ ਜਿਹੜੀ ਦਿੱਤੀ ਜਾਂਦੀ ਹੈ, ਉਹਦੀ ਕਈ ਅਪੀਲਾਂ ਨੇ, ਅਪੀਲਾਂ 'ਤੇ ਖੈਰ ਕਿਉਂਕਿ ਪ੍ਰੋਪਰ ਸੈਸ਼ਨ ਹੈ, ਸੈਸ਼ਨ ਤੋਂ ਹਾਈ ਕੋਰਟ, ਹਾਈ ਕੋਰਟ ਤੋਂ ਸੁਪਰੀਮ ਕੋਰਟ ਹੈ, ਸੁਪਰੀਮ ਕੋਰਟ ਤੋਂ ਗਾਂਹ ਫਿਰ ਜਿਹੜੀ ਹੈਗੀ ਹੈ ਸਾਡਾ, ਉਹ ਕਈ ਬੈਂਚ ਬੈਠਦੇ ਨੇ, ਬੈਂਚਾਂ ਤੋਂ ਬਾਅਦ ਰਾਸ਼ਟਰਪਤੀ ਹੈ, ਅਪੀਲਾਂ ਪੈਂਦੀਆਂ ਨੇ, ਇੱਕ ਲੰਮਾ ਪ੍ਰੋਸੀਜਰ ਹੈ। ਪਰ ਸਵਾਲ ਇਹ ਹੈ ਵੀ ਜਿਹੜੀ ਡੈਥ, ਜਿਹੜੀ ਸੈਸ਼ਨ ਕੋਰਟ ਨੇ ਸਜ਼ਾ ਦੇ ਦਿੱਤੀ ਹੈ, ਇਹ ਸਜ਼ਾ ਉਹਦੇ ਵਾਸਤੇ ਇੱਕ ਮਤਲਬ ਸਮਾਜ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਜਿਹਨੂੰ ਕਹਿ ਦਈਏ ਇੱਕ ਮਤਲਬ ਰਾਹ ਦਸੇਰੇ ਵਾਲੀ ਗੱਲ ਹੈ, ਤੇ ਆਉਣ ਵਾਲੀ ਜਿਹੜੀ ਮਤਲਬ ਏਦਾਂ ਦੇ ਘਿਨਾਉਣੇ ਕਾਰਨਾਮੇ ਕਰਨ ਵਾਲੇ ਨੇ, ਉਹਨਾਂ ਨੂੰ ਸ਼ਾਇਦ ਇਸ ਸਜ਼ਾ ਤੋਂ ਕੁਝ ਨਾ ਕੁਝ ਸਮਝ ਜ਼ਰੂਰ ਲੱਗੇ, ਡਰ ਜ਼ਰੂਰ ਲੱਗੇ, ਪਰ ਹਾਲਾਤ ਏਦਾਂ ਦੇ ਨੇ, ਕਈ ਅਨੇਕਾਂ ਘਟਨਾਵਾਂ ਘਟ ਗਈਆਂ, ਸਜ਼ਾਵਾਂ ਵੀ ਹੋਈਆਂ, ਮੌਤ ਦੀ ਸਜ਼ਾ ਵੀ ਹੋਈ, ਫਾਂਸੀ ਵੀ ਲੱਗੀ ਹੈ, ਪਰ ਅਜੇ ਤੱਕ ਲੋਕਾਂ ਦੇ ਅੰਦਰ ਜਿਹੜੀ ਮਾਨਸਿਕਤਾ ਜਿਹੜੀ ਫਸੀ ਹੈ, ਉਹ ਪਤਾ ਨਹੀਂ ਇਹ ਭਾਵਨਾਵਾਂ ਕਿੱਦਾਂ ਦੀਆਂ ਨੇ ਵੀ ਕਿਸੇ ਬੰਦੇ ਨੂੰ ਯਾਰ ਮਾਰ ਦੇਣਾ। ਕਈ ਇਹੋ ਜਿਹੇ ਘਟਨਾਵਾਂ ਹੋਰ ਵੀ ਹੋਈਆਂ ਜਿੱਥੇ ਪੁੱਤ ਨੇ ਪਿਓ ਮਾਰਤਾ, ਪਿਓ ਨੇ ਆਪਣਾ ਪੁੱਤ ਮਾਰਤਾ, ਕਈਆਂ ਨੇ ਮਾਵਾਂ ਦੇ ਗਲਾਂ ਘੁੱਟ ਘੁੱਟ ਕੇ ਮਾਰੇ ਨੇ, ਜਿਹੜੀਆਂ ਉਹਨੇ 9 ਮਹੀਨੇ ਰੱਖਦੀਆਂ ਨੇ। ਜਿਤੇਂਦਰ, ਮੇਰਾ ਹੁਣ ਜੀ ਤੁਹਾਡੇ ਵੱਲ ਸਵਾਲ ਆਉਂਦਾ, ਤਸਵੀਰਾਂ ਬਿਲਕੁਲ ਸਾਫ ਸਾਫ ਨਜ਼ਰ ਆ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਸਮਾਧ ਤੇ ਮਾਪੇ ਉਹ ਗਏ ਹੋਏ ਨੇ, ਪਹੁੰਚੇ ਹੋਏ ਨੇ, ਔਰ ਇਹ ਦਰਦਨਾਕ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਲੁਧਿਆਣਾ ਤੋਂ ਆਪਣੇ ਪੱਤਰਕਾਰ ਦੇ ਪਹੁੰਚਦੀਆਂ ਕੀਤੀਆਂ ਨੇ। ਤੁਸੀਂ ਇਹਨਾਂ ਤਸਵੀਰਾਂ ਬਾਰੇ ਕੀ ਕਹਿ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮਾਂ ਰੋ ਰਹੀ ਹੈ, ਬਿਲਕ ਰਹੀ ਹੈ, ਉਹਦੀ ਫੋਟੋ ਲੈ ਕੇ ਜਿੱਥੇ ਉਹ ਦੱਬੀ ਸੀ ਵਿਚਾਰੀ ਬੱਚੀ, ਉੱਥੇ ਉਹ ਮੱਥਾ ਟੇਕ ਰਹੇ ਨੇ, ਕਿਦਾਂ ਦੇ ਹਾਲਾਤ ਜਿਹੜੇ ਹੈਗੇ ਨੇ? ਅਗਰ ਤੁਸੀਂ ਤੁਸੀਂ ਇੱਕ ਮਾਦਰ ਹੋ, ਇੱਕ ਪਿਓ ਦਾ ਜਿਗਰਾ ਜਿਹੜਾ ਹੁੰਦਾ ਫਿਰ ਵੀ ਹਲੇ ਚਲੋ ਮਜ਼ਬੂਤ ਹੁੰਦਾ, ਲੇਕਿਨ ਮਾਂ ਦਾ ਜਿਗਰਾ ਜਿਹੜਾ ਹੈਗਾ ਉਹ ਬੜਾ ਕੋਮਲ ਤੇ ਨਰਮ ਹੁੰਦਾ, ਕਿਉਂਕਿ ਮਾਂ ਨੇ 9 ਮਹੀਨੇ ਕੁੱਖ 'ਚ ਰੱਖੀ ਹੁੰਦੀ ਹੈ ਬੱਚਿਆਂ ਨੂੰ, ਮੁੰਡੇ ਜਾਂ ਕੁੜੀ ਨੂੰ, ਉਸ ਵੱਲੋਂ ਜਨਮ ਦਿੰਦੀ ਹੈ। ਤੁਸੀਂ ਇਹਨਾਂ ਤਸਵੀਰਾਂ ਨੂੰ ਲੈ ਕੇ ਕੀ, ਤੁਹਾਡੀ ਕੀ ਪ੍ਰਤੀਕਿਰਿਆ? ਵੀ ਸਾਫ਼ ਸਾਫ਼ ਤਸਵੀਰਾਂ ਜਿਹੜੀਆਂ ਨੇ ਆਪਣੇ ਵਿਜ਼ੂਅਲ ਜਿਹੜੇ ਹੈਗੇ ਨੇ ਉਹ ਵਿੰਡੋ 'ਤੇ ਚੱਲ ਰਹੇ ਨੇ। ਸੋ ਗਿੱਲ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹ ਤੁਸੀਂ ਕਹਿ ਤਾਂ ਰਹੇ ਹੋ ਕਿ ਮਾਂ ਦਾ ਜ਼ਿਗਰਾ ਬਹੁਤ ਵੱਡਾ ਹੁੰਦਾ ਹੈ, ਇੱਥੇ ਜੇਕਰ ਆਪਾਂ ਗੱਲ ਕਰੀਏ, ਜੇਕਰ ਤੁਹਾਨੂੰ ਮੈਂ ਤਸਵੀਰਾਂ ਵੀ ਦਿਖਾਵਾਂ, ਇੱਥੇ ਪਿਓ ਨੇ ਵੀ ਬਹੁਤ ਵੱਡਾ ਜਿਗਰਾ ਰੱਖਿਆ ਹੋਇਆ ਸੀ, ਅੱਜ ਵੀ ਉਹ ਰੋ ਰਿਹਾ ਹੈ। ਮਾਂ ਦਾ ਕੀ ਕਹਿਣਾ? ਮਾਂ ਕਹਿੰਦੀ ਹੈ ਕਿ ਮੇਰੀਆਂ ਲੱਤਾਂ ਹਲੇ ਵੀ ਖੜੀਆਂ ਨਹੀਂ ਹੋ ਰਹੀਆਂ, ਚਾਹੇ ਨੀਲਮ ਨੂੰ ਸਜ਼ਾ ਮਿਲ ਗਈ ਹੈ ਪਰ ਜਿਹੜੀ ਮਾਂ ਹੈ, ਮਾਂ ਨੂੰ ਦਿਲਰੋਜ਼ ਨਹੀਂ ਮਿਲੀ। ਉਹਦੇ ਜੇਕਰ ਆਪਾਂ ਦਾਦੇ ਦੀ ਗੱਲ ਕਰੀਏ, ਦਾਦੇ ਦਾ ਵੀ ਇਹੀ ਕਹਿਣਾ ਹੈ। ਉਸ ਟਾਈਮ ਜੇਕਰ ਤੁਹਾਨੂੰ ਮੈਂ ਪੂਰੀਆਂ ਤਸਵੀਰਾਂ ਔਰ ਵੀਡੀਓਸ ਦਿਖਾਵਾਂ, ਇਸ ਟਾਈਮ ਜਿਹੜੀ ਜਗ੍ਹਾ ਤੇ ਉਹਨੂੰ ਦੱਬਿਆ ਗਿਆ ਸੀ, ਉੱਥੇ ਨਮਨ ਕਰਨ ਆਏ ਹੋ, ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਨੇ ਦਿਲਰੋਜ਼ ਨੂੰ, ਬਕਾਇਦਾ ਉਹਦੀ ਤਸਵੀਰ ਵੀ ਲੱਗੀ ਹੋਈ ਹੈ। ਔਰ ਬਕਾਇਦਾ ਜੇਕਰ ਆਪਾਂ ਗੱਲ ਕਰੀਏ, ਉਹਦਾ ਵਕੀਲ ਦਾ ਧੰਨਵਾਦ ਵੀ ਕੀਤਾ ਜਾਂਦਾ ਹੈ ਉਹਦੇ ਵੱਲੋਂ, ਉਹਨਾਂ ਦੇ ਦਾਦਾ ਜੀ ਵੱਲੋਂ। ਔਰ ਪਿਓ ਫੁੱਟ ਫੁੱਟ ਕੇ ਰੋ ਰਿਹਾ, ਮਾਂ ਵੀ ਫੁੱਟ ਫੁੱਟ ਕੇ ਰੋ ਰਹੀ ਹੈ। ਔਰ ਦਾਦੇ ਦਾ ਕਹਿਣਾ ਕਿ ਮੇਰੇ ਉਦੋਂ ਪੋਤੇ ਹੋਏ ਦੀ ਮੈਨੂੰ ਇੰਨੀ ਖੁਸ਼ੀ ਨਹੀਂ ਸੀ ਜਿੰਨੀ ਮੈਨੂੰ ਦਿਲਰੋਜ਼ ਦੇ ਪੈਦਾ ਹੋਣ ਦੀ ਖੁਸ਼ੀ ਸੀ। ਬਿਲਕੁਲ, ਸੋ ਉਹ ਦੇਖਿਆ ਨਹੀਂ ਜਾ ਸਕਦਾ ਉਹਨਾਂ ਦਾ ਜਿਹੜਾ ਰੋਣਾ ਹੈ, ਪਰ ਸਜ਼ਾ ਉਹਨੂੰ ਜ਼ਰੂਰ ਮਿਲ ਗਈ ਹੈ, ਪਰ ਉਹਨਾਂ ਨੂੰ ਦਿਲਰੋਜ਼ ਹਾਲੇ ਤੱਕ ਨਹੀਂ ਮਿਲੀ। ਉਹ ਚਾਹੁੰਦੇ ਸੀ ਕਿ ਸਾਨੂੰ ਦਿਲਰੋਜ਼ ਮਿਲੇ, ਸਜ਼ਾ ਤਾਂ ਉਹ ਮੰਨ ਚੁੱਕੇ ਹੈ, ਪਰ ਦਿਲਰੋਜ਼ ਉਹਨਾਂ ਦੇ ਹਾਲੇ ਵੀ ਅੰਦਰ ਘੁੱਟ ਘੁੱਟ ਕੇ ਵਸੀ ਹੋਈ ਹੈ। ਜਿਹੜੀ ਦਿਲਰੋਜ਼ ਹੈ ਹਜੇ ਤੱਕ ਵੀ ਉਹਨਾਂ ਦੇ ਅੰਦਰੋਂ ਨਹੀਂ ਨਿਕਲ ਪਾ ਰਹੀ ਜੀ। ਲਹਿਰ ਸਾਹਿਬ, ਆਪਾਂ ਨੂੰ
ਆਪਾਂ ਨੂੰ ਵਿਜ਼ੂਅਲ ਸੁਣਨਾ ਪੈਣਾ। ਮੈਂ ਤੁਹਾਨੂੰ ਦਾਦੇ ਦੀ ਗੱਲ ਸੁਣਾਉਣਾ, ਦਾਦਾ ਦਾਦਾ ਜੀ ਕੀ ਕਹਿ ਰਹੇ ਨੇ। ਦਿਲਰੋਜ਼ ਦੇ ਦਾਦਾ ਜਿਹੜਾ ਕਿ ਉਸ ਜਗ੍ਹਾ ਤੇ ਖੜੇ ਨੇ ਜਿਸ ਜਗ੍ਹਾ ਤੇ ਦਿਲਰੋਜ਼ ਨੂੰ ਦੱਬਿਆ ਗਿਆ ਸੀ, ਉਸ ਹਰਾਮਖੋਰ ਔਰਤ ਨੇ, ਉਸ ਸਨਕੀ ਔਰਤ ਨੇ ਜਿਹੜੀ ਆਪਣੇ ਆਪ ਨੂੰ ਭੂਆ ਕਹਿੰਦੀ ਸੀ, ਕਲੰਕ ਲਾਇਆ ਉਹਨੇ ਇੱਕ ਮਾਸੂਮ ਜੀ ਖੂਬਸੂਰਤ ਜੀ ਬੱਚੀ ਨੂੰ, ਰੱਬ ਦੀ ਪਿਆਰੀ ਬੱਚੀ ਨੂੰ, ਉਹਦੇ ਮੂੰਹ ਦੇ ਵਿੱਚ ਜਿਹਨੂੰ ਕਹਿ ਸਕਦੇ ਮਿੱਟੀ ਪਾ ਕੇ, ਮਿੱਟੀ ਰੇਤਾ ਪਾ ਕੇ, ਮਤਲਬ ਜਿਹੜਾ ਜ਼ਿੰਦਾ ਦਫਨਾਇਆ ਗਿਆ ਉਹ ਕਿੱਦਾਂ ਉਹਦੇ ਮਤਲਬ ਹੱਥ ਕੰਮ ਕਰ ਗਏ ਆਪਾਂ, ਮਤਲਬ ਹਾਂ ਆਪਾਂ ਮਤਲਬ ਮੈਂ ਸੀਰੀਅਸਲੀ ਕਹਿ ਰਹੀ ਹਾਂ ਗਿੱਲ ਸਾਹਿਬ, ਮੇਰੇ ਤੋਂ ਖੁਦ ਨਹੀਂ ਸ਼ੋ ਹੋ ਰਿਹਾ ਕਿਉਂਕਿ ਉਸ ਟਾਈਮ ਆਪਣੇ ਬੱਚੇ ਨਜ਼ਰ ਆਉਂਦੇ ਆ, ਉਹ ਕਹੇ ਜੀ ਗੰਦੀ ਔਰਤ ਸੀ ਜਿਹਨੇ ਮਤਲਬ ਬਿਲਕੁਲ ਵੀ ਨਹੀਂ ਸੋਚਿਆ ਹੈਗਾ ਕਿ ਜਿਹੜੀ ਬੱਚੀ ਨੂੰ ਲੈ ਕੇ ਜਾ ਰਹੀ ਹੈ ਉਹੀ ਬੱਚੀ ਉਹਨੂੰ ਇੱਕ ਦਿਨ ਭੂਆ ਕਹਿੰਦੀ ਸੀ, ਉਹਦੇ ਨਾਲ ਖੇਡਦੀ ਵੀ ਹੁੰਦੀ ਸੀ, ਉਹਦੇ ਨਾਲ ਘੁੰਮਣ ਫਿਰਨ ਵੀ ਜਾਂਦੀ ਹੁੰਦੀ ਸੀ, ਪਰ ਉਹਨੂੰ ਕੀ ਪਤਾ ਸੀ ਘੁੰਮਣ ਦੇ ਬਹਾਨੇ ਉਹਨੂੰ ਉਹ ਮੌਤ ਦੀ ਸਜ਼ਾ ਦੇਣ ਜਾ ਰਹੀ ਹੈ, ਉਹ ਵੀ ਜਿੰਦਾ ਦੱਬ ਕੇ। ਆਪਾਂ ਵਿਜ਼ੂਅਲ ਦੇਖਦੇ ਹਾਂ, ਵਿਜ਼ੂਅਲ ਤੋਂ ਬਾਅਦ ਆਪਾਂ ਦੁਬਾਰੇ ਫਿਰ ਵਾਪਸ ਆਉਂਦੇ। ਕੀਤੀ ਜਦੋਂ ਮੇਰੇ ਦਿਲੋਂ ਹੋਈ ਆ ਪੋਤੀ ਮੇਰੀ, ਇਹਦੀ ਮੈਂ ਖੁਸ਼ੀ ਵੱਧ ਮਨਾਈ ਸੀ ਘਰੇ, ਇਹਨੂੰ ਢੋਲ ਢਮੱਕੇ ਪੂਰੇ ਠਾਰ ਨਾਲ ਲੈ ਕੇ ਗਿਆ ਸੀ ਘਰੇ। ਅੱਜ ਹੁਣ ਇਹਦੇ ਅਸਲੀ ਘਰੇ ਮੈਂ ਆਇਆ ਜਿੱਥੇ ਉਹ ਪਾਪਨ ਡੈਨ ਉਹਨੂੰ ਘਰ ਬਣਾ ਕੇ ਗਈ ਆ, ਇੱਥੇ ਮੈਂ ਉਹਨੂੰ ਬੇਨਤੀਆਂ ਕਰਨ ਆਇਆ ਝੋਲੀਆਂ ਅੱਡ ਕੇ। ਲੈ ਦਿਲੋਂ ਹੁਣ ਤੈਨੂੰ ਪਤਾ ਬਹੁਤ ਚਿਰ ਹੋ ਗਿਆ ਇੱਥੇ, 2 ਸਾਲ ਅਤੇ 4 ਮਹੀਨੇ 21 ਦਿਨ ਹੋ ਗਏ ਅੱਜ ਇੱਥੇ ਤੈਨੂੰ ਬੈਠੀ ਨੂੰ, ਹੁਣ ਮੈਂ ਤੈਨੂੰ ਪੁੱਤ ਮੈਂ ਲਾਲ ਲੈਣ ਆਇਆ, ਹੁਣ ਮੇਰੇ ਨਾਲ ਤੁਹਾਡੇ ਬੇਨਤੀ। ਦੇਖਿਆ ਲਾਲ ਸਾਹਿਬ ਜੀ ਕਿੰਨੀ ਬਿਲਕੁਲ ਉਹਦੇ ਦਾਦੇ ਨੇ ਕਿੰਨੀ ਮਤਲਬ ਸਟਰੋਂਗ ਵਰਡਿੰਗ ਜਿਹੜੀ ਹੈ ਉਹ ਕਹੀ ਕਿ ਬੇਟੀ 2 ਸਾਲ 21 ਦਿਨ ਮਹੀਨੇ 21 ਦਿਨ ਕੁਛ ਦਿਨ ਸੀ ਹੋ ਗਏ ਜੀ, ਤੇ ਮੈਂ ਤੈਨੂੰ ਅੱਜ ਲੈਣ ਆਇਆ ਹਨਾ, ਬੱਚੀ ਨੂੰ ਲੈਣ ਆਇਆ। ਸੋ ਲੈ ਸਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬੜਾ ਭਾਵਕ ਹੋਰ ਵੀ ਗੱਲ ਹੈ ਜੀ, ਜਦੋਂ ਇੱਕ ਤੁਹਾਨੂੰ ਯਾਦ ਹੋਵੇ ਚੰਡੀਗੜ੍ਹ ਦੇ ਵਿੱਚ ਵੀ ਇਸੇ ਤਰ੍ਹਾਂ ਇੱਕ ਬੱਚਾ ਗਵਾਹ ਹੋਇਆ ਸੀ, ਬਿਲਕੁਲ ਬੜੈਲ ਤੋਂ ਯਾਦ ਹੋਵੇ ਜੀ ਜੀ, ਬਹੁਤ ਪੁਰਾਣੀ ਪਹਿਲਾਂ ਦੀ, ਬੜੀ ਪਹਿਲਾਂ ਦੀ ਗੱਲ ਹੈ, ਉਸ ਬੱਚੇ ਨੂੰ ਵੀ ਗਵਾਂਢੀ ਨੇ ਗਵਾਹ ਕਰਿਆ ਸੀ। ਬਿਲਕੁਲ ਜੀ, ਮਤਲਬ ਬੜੀ ਗਵਾਂਢੀ ਨਾਲ ਲੱਭਦਾ ਫਿਰਦਾ ਰਿਹਾ ਕਈ ਦਿਨ, ਉਸ ਵਾਰ ਉਹਦੀ ਲਾਸ਼ ਮੋਹਾਲੀ ਤੇ ਚੰਡੀਗੜ੍ਹ, ਖੁਦ ਚਾਚਾ ਹੀ ਸੀ ਉਹਦਾ ਜੀ, ਉਸ ਵੇਲੇ ਉਹਦਾ ਚਾਚਾ ਹੀ ਸੀ ਜਿਹੜਾ ਉਹ ਕਾਤਲ ਜਿਹੜਾ, ਔਰ ਬਹੁਤ ਲੰਮਾ ਸਮਾਂ ਇਨਵੈਸਟੀਗੇਸ਼ਨ ਹੋਈ ਔਰ ਬਹੁਤ ਤਰ੍ਹਾਂ ਦੇ ਉਹ ਕੇਸ 'ਚ ਕਈ ਮਤਲਬ ਤੱਥ ਜਿਹੜੇ ਸਾਹਮਣੇ ਆਏ, ਤੇ ਅਖੀਰੀ ਜਦੋਂ ਉਹਦੀ ਇਨਵੈਸਟੀਗੇਸ਼ਨ ਕੰਪਲੀਟ ਹੋਈ ਤਾਂ ਉਹਦਾ ਚਾਚਾ ਜਿਹੜਾ ਕਾਤਲ ਨਿਕਲਿਆ ਸੀ। ਸੋ ਇਸ ਤਰ੍ਹਾਂ ਮੈਂ ਤਾਂ ਇਹ ਪਹਿਲਾਂ ਹੀ ਗੱਲ ਕਹਿ ਚੁੱਕਾ ਵੀ ਸਾਡੀ ਮਾਨਸਿਕਤਾ ਦੇ ਅੰਦਰ, ਤੇ ਦੂਸਰੀ ਗੱਲ ਜਿਵੇਂ ਸਾਡੇ ਘੁੰਮਣ ਸਾਹਿਬ ਵਕੀਲ ਸਾਹਿਬ ਕਹਿ ਰਹੇ ਸੀ ਵੀ ਮੇਰੇ 'ਤੇ ਇੰਨਾ ਜ਼ਿਆਦਾ ਦਬਾਅ ਸੀਗਾ, ਬਹੁਤ ਮੇਰੇ 'ਤੇ ਦਬਾਅ ਪੈਂਦਾ ਰਿਹਾ ਪੋਲੀਟੀਕਲ ਵੀ ਅਤੇ ਦੂਜਾ ਵੀ ਵੀ ਤੂੰ ਇਹ 'ਚੋਂ ਕੀ ਲੈਣਾ, ਤੂੰ ਲਾਂਭੇ ਹੋ ਜਾ। ਪਰ ਮੈਂ ਇੱਕ ਇਨਸਾਨੀਅਤ ਤੌਰ 'ਤੇ ਮੇਰਾ ਇੱਕ ਫਰਜ਼ ਸੀ ਵੀ ਜਿਹੜਾ ਇਹ ਘਿਨਾਉਣਾ ਜੁਰਮ ਹੋਇਆ ਮੈਂ ਇਹਨੂੰ ਸਜ਼ਾ ਦਵਾਉਣੀ ਦਵਾਉਣੀ। ਔਰ ਬਹੁਤ ਘੱਟ ਇਹੋ ਜਿਹੇ ਵਕੀਲ ਹੁੰਦੇ ਨੇ ਜਿਹੜੇ ਕਿਸੇ ਦਬਾਅ ਹੇਠ ਨਹੀਂ ਆਉਂਦੇ ਅਤੇ ਜਿਹੜੇ ਇਹ ਸੋਚ ਕੇ ਚੱਲਦੇ ਨੇ ਵੀ ਇਹ ਜਿਹੜੇ ਸਮਾਜ ਨੂੰ ਗੰਧਲਾ ਕਰ ਰਹੇ ਨੇ, ਸਮਾਜ ਦੇ ਅੰਦਰ ਇੱਕ ਵੱਖਰੀ ਤਰ੍ਹਾਂ ਦੇ ਇਨਸਾਨ ਨੇ ਜਿਨ੍ਹਾਂ ਤੱਕ ਇਹਨਾਂ ਨੂੰ ਸਜ਼ਾਵਾਂ ਨਹੀਂ ਕੋਰਟਾਂ ਦੇ ਦਿੰਦੀਆਂ। ਔਰ ਮੈਂ ਉਹਨਾਂ ਪੋਲੀਟੀਕਲ ਲੋਕਾਂ ਦੇ ਜਿਨ੍ਹਾਂ ਦਾ ਉਹ ਨਾਂ ਤੇ ਨਹੀਂ ਲਿਆ ਪਰ ਉਹਨਾਂ ਪੋਲੀਟੀਕਲ ਆਧਾਰ ਜ਼ਰੂਰ ਦੱਸਿਆ ਵੀ ਮੇਰੇ 'ਤੇ ਦਬਾਅ ਸੀ ਵੀ ਤੂੰ ਪਿੱਛੇ ਹਟ ਜਾ, ਤੂੰ ਇਹ 'ਚੋਂ ਕੀ ਲੈਣਾ। ਸੋ ਇਹ ਸਮਾਜ ਨੂੰ ਇੱਕ ਮਤਲਬ ਇਹ ਸੁਨੇਹਾ ਦਿੱਤਾ ਜਾਂਦਾ ਵੀ ਪੋਲੀਟੀਕਲ ਹਰ ਖੇਤਰ 'ਚ, ਚਾਹੇ ਉਹ ਕੋਈ ਵੀ ਖੇਤਰ ਆ, ਉਹਦੇ 'ਚ ਉਹਦਾ ਦਬਾਅ ਜ਼ਰੂਰ ਬਣਿਆ ਰਹਿੰਦਾ। ਪਤਾ ਨਹੀਂ ਉਹਨਾਂ ਪੋਲੀਟੀਕਲ ਲੋਕਾਂ ਦੇ ਮਨਾਂ ਦੇ ਅੰਦਰ ਆਪਣੇ ਧੀਆਂ ਪੁੱਤਾਂ ਪ੍ਰਤੀ ਮੋਹ ਨਹੀਂ ਹੁੰਦਾ, ਜਾਂ ਉਹਨਾਂ ਦਾ ਕੰਮ ਹੀ ਹੈ ਵੀ ਜਦੋਂ ਉਹ ਕਹਿ ਲਓ ਇੱਕ ਹੋਰ ਗੱਲ ਕਰਦਾ, ਉਹ ਕਹਿੰਦਾ ਜਦੋਂ ਇਹ ਨਵੰਬਰ 'ਚ 21 'ਚ ਇਹ ਸਾਰਾ ਘਿਨਾਉਣਾ ਕਾਰਨਾਮਾ ਹੋਇਆ, ਬੱਚੀ ਦਾ ਕਤਲ ਹੋਇਆ, ਉਦੋਂ ਕੋਈ ਪੋਲੀਟੀਕਲ ਬੰਦਾ ਨਹੀਂ ਆਇਆ, ਕਿਸੇ ਨੇ ਘਰ ਆਣ ਕੇ ਕਿਸੇ ਨੇ ਕੋਈ ਮਤਲਬ ਹਿਰਖ ਵੀ ਨਹੀਂ ਕੀਤਾ, ਦੁੱਖ ਵੀ ਸਾਂਝਾ ਨਹੀਂ ਕੀਤਾ। ਪਰ ਜਦੋਂ ਹੁਣ ਕੱਲ੍ਹ ਸਜ਼ਾ ਹੋਈ ਆ ਤੇ ਹੁਣ ਵੱਖ ਵੱਖ ਪਾਰਟੀਆਂ ਦੇ ਰਾਜਨੀਤਿਕ ਲੋਕ ਜਿਹੜੇ ਨੇ ਆਣ ਆਣ ਕੇ ਉਹਨਾਂ ਦੇ ਮਾਂ ਤੇ ਪਿਓ ਤੇ ਦਾਦੇ ਦੇ ਨਾਲ ਫੋਟੋਆਂ ਲਵਾ ਰਹੇ ਨੇ। ਸੋ ਉਹ ਆਪਣੀਆਂ ਸਿਆਸੀ ਰੋਟੀਆਂ ਸੇਕਣ ਦਾ ਯਤਨ ਕਰ ਰਹੇ ਨੇ।
ਇਹ ਕਹਿਣਾ ਜਿਹੜਾ ਹੈਗਾ ਘੁੰਮਣ ਸਾਹਿਬ ਵਕੀਲ ਸਾਹਿਬ ਦਾ। ਸੋ ਇਹ ਗੱਲ ਸੱਚ ਹੈ ਕਿ ਸਾਨੂੰ ਸਮਾਜ ਦੇ ਅੰਦਰ ਇੰਨੀ ਜ਼ਿਆਦਾ ਗਿਰਾਵਟ ਆ ਗਈ ਹੈ, ਇੰਨੀ ਜ਼ਿਆਦਾ ਅਸੀਂ ਨੀਵੇਂ ਪੱਧਰ 'ਤੇ ਚਲੇ ਗਏ ਹਾਂ ਕਿ ਅਸੀਂ ਆਪਣੇ ਰਿਸ਼ਤੇ ਭੁੱਲਦੇ ਜਾ ਰਹੇ ਹਾਂ, ਆਪਣੀ ਸਾਂਝ ਹੀ ਭੁੱਲਦੇ ਜਾ ਰਹੇ ਹਾਂ, ਸਾਡੇ ਦਿਲਾਂ ਦੀ ਜਿਹੜੀ ਮੋਹ ਹੈ ਉਹ ਖਤਮ ਹੁੰਦਾ ਜਾ ਰਿਹਾ। ਔਰ ਇੱਕ ਗੁਆਂਢੀ ਵੱਲੋਂ ਇੱਦਾਂ ਦਾ ਕਹਿੰਦੇ ਹੁੰਦੇ ਵੀ ਰਿਸ਼ਤੇਦਾਰ ਦੂਰ ਹੁੰਦੇ ਨੇ, ਉਹਨਾਂ ਨਾਲ ਵਿਗਾੜੀ ਜਾ ਸਕਦੇ ਆ, ਪਰ ਗੁਆਂਢ ਨਾਲ ਨਹੀਂ ਵਿਗਾੜੀ ਜਾਂਦੀ, ਕਿਉਂਕਿ ਗੁਆਂਢ ਤੁਹਾਡਾ ਘਰ ਦਾ ਬੰਦਾ ਹੁੰਦਾ। ਤੇ ਜੇ ਗੁਆਂਢ ਹੀ ਉਹ ਖੇਤ ਹੀ ਕਹਿੰਦੇ ਤੇ ਵਾੜ ਹੀ ਖੇਤ ਨੂੰ ਖਾ ਜੇ ਤਾਂ ਫਿਰ ਕਿਵੇਂ ਬਚਾ ਕੀਤਾ ਜਾ ਸਕਦਾ? ਜਲ ਸਾਹਿਬ ਲਹਿਲ ਸਾਹਿਬ ਜੀ, ਲਹਿਲ ਸਾਹਿਬ ਮੈਂ ਦੇਖਿਆ ਕਿ ਉਹ ਜਿਹੜੇ ਘੁੰਮਣ ਸਾਹਿਬ ਨੇ ਇੱਕ ਰੱਬ ਦਾ ਰੂਪ ਬਣ ਕੇ ਆਏ ਸੀ। ਜੇਕਰ ਆਪਾਂ ਉਹਨਾਂ ਦੇ ਦਾਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਦਾਦਾ ਜੀ ਦਾ ਕੀ ਕਹਿਣਾ ਸੀ ਕਿ ਜਦੋਂ ਤੋਂ ਦਿਲਰੋਜ਼ ਦਾ ਕਤਲ ਹੋਇਆ, ਜਦੋਂ ਕੇਸ ਵੀ ਅਦਾਲਤ ਵਿੱਚ ਗਿਆ, ਔਰ ਜਿਹੜੇ ਆਪਣੇ ਕੀ ਕਹਿੰਦੇ ਨੇ ਵਕੀਲ ਸਾਹਿਬ ਨੇ ਟਿਲ ਜਦੋਂ ਤੱਕ ਉਹਨੂੰ ਸਜ਼ਾ ਨਹੀਂ ਮਿਲੀ, ਫ੍ਰੀ ਆਫ ਕੋਸਟ ਉਹਨਾਂ ਦਾ ਜਿਹੜਾ ਕੇਸ ਲੜਿਆ, ਔਰ ਹਮੇਸ਼ਾ ਉਹਨਾਂ ਦੇ ਨਾਲ ਖੜੇ ਆ, ਔਰ ਉਹਨਾਂ ਦਾ ਇਹ ਕਹਿਣਾ ਕਿ ਅੱਗੇ ਤੋਂ ਵੀ ਜੇਕਰ ਉਸ ਫੈਮਿਲੀ ਨੂੰ ਕੋਈ ਵੀ ਜ਼ਰੂਰਤ ਪੈਂਦੀ ਹੈ ਤਾਂ ਉਹ ਵਕੀਲ ਸਾਹਿਬ ਆਲਵੇਜ਼ ਉਹਨਾਂ ਦੇ ਨਾਲ ਖੜੇ ਨੇ, ਉਹ ਵੀ ਫ੍ਰੀ ਆਫ ਕੋਸਟ। ਸਭ ਤੋਂ ਵੱਡੀ ਕਿੰਨੀ ਵੱਡੀ ਦਿਲਦਾਰੀ ਉਹਨਾਂ ਨੇ ਦਿਖਾਈ ਹੈ, ਕਿਉਂਕਿ ਕਾਫੀ ਜਨਤਾ, ਜੇਕਰ ਆਪਾਂ ਜਨਤਾ ਦੀ ਵੀ ਗੱਲ ਕਰੀਏ, ਕਾਫੀ ਲੋਕ ਉਸ ਦਿਲਰੋਜ਼ ਦੇ ਹੱਕ ਦੇ ਵਿੱਚ ਵੀ ਆਏ ਸੀ, ਕਾਫੀ ਕੈਂਡਲ ਮਾਰਚ ਵੀ ਹੋਏ ਹੈ, ਪਰ ਜਿਹੜੇ ਸਿਆਸੀ ਲੋਕ ਨੇ ਉਹ ਕਿਉਂ ਨਹੀਂ ਆਏ? ਕਿਉਂਕਿ ਉਹਨਾਂ ਦੇ ਘਰ ਦੀ ਗੱਲ ਨਹੀਂ ਸੀ। ਜੇਕਰ ਇਹੀ ਗੱਲ ਉਹਨਾਂ ਦੇ ਘਰ ਦੀ ਹੁੰਦੀ ਤਾਂ ਸ਼ਾਇਦ ਉਹ ਅੱਗੇ ਆ ਕੇ ਬੋਲਦੇ, ਕੋਈ ਨਾ ਕੋਈ ਸਟੈਪ ਚੱਕਦੇ, ਪਰ ਦਿਲਰੋਜ਼ ਲਈ ਕੋਈ ਕਿਉਂ ਨਹੀਂ ਆਇਆ? ਜੀ ਲਹਿਲ ਸਾਹਿਬ, ਸਭ ਤੋਂ ਵੱਡੀ ਗੱਲ ਪਤਾ ਕੀ ਹੁੰਦੀ ਹੈ? ਬਿਲਕੁਲ, ਜਦੋਂ ਇਸ ਤਰ੍ਹਾਂ ਦਾ ਇੰਸੀਡੈਂਟ ਵਾਪਰਦਾ ਹੈ ਤਾਂ ਬਹੁਤ ਗੱਲਾਂ 'ਚ ਗੋਲ ਮੋਲ ਚੱਲਦੀਆਂ ਗੱਲਾਂ, ਹਨਾ ਜੀ, ਵੀ ਕਤਲ ਕਿਹਨੇ ਕੀਤਾ। ਪਹਿਲਾਂ ਤਾਂ ਆਪਾਂ ਇਹੀ ਅੰਦਾਜ਼ੇ ਲਾ ਰਹੇ ਸੀ ਵੀ ਸ਼ਾਇਦ ਦਿਲਰੋਜ਼ ਦੇ ਫਾਦਰ ਦਾ ਕੋਈ ਨਜਾਇਜ਼ ਤਾਲੁਕਾਤ ਨਾ ਹੋਵੇ ਜੀ ਉਸ ਕੁੜੀ ਨਾਲ, ਜਿਹੜੀ ਉਹ ਨੀਲਮ ਨਾਂ ਦੀ ਕੁੜੀ ਹੈ ਜੀ, ਵੀ ਹੋ ਸਕਦਾ ਉਹਨੇ ਉਸ ਰੰਜਿਸ਼ ਨਾ ਮਾਰਤਾ ਹੋਵੇ, ਕਿਉਂਕਿ ਇਸ ਰੰਜਿਸ਼ ਦੇ ਵਿੱਚ ਬਹੁਤ ਕੁਛ ਹੁੰਦਾ ਜੀ, ਤੁਹਾਨੂੰ ਵੀ ਪਤਾ ਹੀ ਹੈ। ਪੰਜ ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਘਰ ਵਾਲਾ ਮਾਰਤਾ, ਇਹਦਾਂ ਦੀ ਖ਼ਬਰ ਆਪਾਂ ਡੇਲੀ ਲਾਉਂਦੇ ਹਾਂ, ਹਨਾ ਜੀ, ਅੱਜ ਵੀ ਖ਼ਬਰ ਆਪਣੇ ਕੋਲ ਢੇਰ ਪਈਆਂ ਨੇ ਜਿੱਥੇ ਜਨਾਨੀ, ਪਹਿਲੀ ਵਾਲੀ ਜਨਾਨੀ ਦੂਜੀ ਜਨਾਨੀ ਅਮਨ ਸਾਹਮਣੇ ਹੋ ਗਏ ਤੇ ਪਤੀ ਪਤਨੀ ਨੇ ਮਿਲ ਕੇ ਪਹਿਲੀ ਜਿਹੜੀ ਮਸ਼ਹੂਰ ਜਨਾਨੀ ਸੀ, ਮਸ਼ੂਕ ਸੀ ਉਹਦੀ, ਉਹਨੂੰ ਕਾਰ ਥੱਲੇ ਦੇਣ ਦੀ ਕੋਸ਼ਿਸ਼ ਕੀਤੀ। ਕਿਸੇ ਇਸ ਤਰ੍ਹਾਂ ਦੀ ਘਟਨਾਵਾਂ ਡੇਲੀ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਆਪਣੇ ਕੋਲ ਆਉਂਦੀਆਂ ਨੇ, ਵਾਪਰਦੀਆਂ ਨੇ। ਲੇਕਿਨ ਸਵਾਲ ਇੱਥੇ ਲਹਿਲ ਸਾਹਿਬ ਇਹ ਖੜਾ ਹੁੰਦਾ ਹੈ, ਇੱਕ ਤੁਹਾਨੂੰ ਯਾਦ ਹੋਵੇ ਲਹਿਲ ਸਾਹਿਬ, ਤੁਸੀਂ ਉਹਦਾ 9 ਫੇਸ ਡਿਊਟੀ ਸੀ, 9 ਫੇਸ ਤੁਹਾਡੀ ਡਿਊਟੀ ਸੀ ਬਤੌਰ ਜੇ ਬਿਜਲੀ ਬੋਰਡ ਦੇ ਵਿੱਚ, 9 ਫੇਸ ਕੁਆਟਰਾਂ ਦੇ ਵਿੱਚ ਇੱਕ ਇਸ ਗੁਰਸਿੱਖ ਬੱਚਾ ਗਵਾਹ ਹੁੰਦਾ। ਬਿਲਕੁਲ, ਉਹ ਗੁਆਂਢੀ ਨੇ ਹੀ ਕਤਲ ਕੀਤਾ ਸੀ ਜੀ। ਉਸ ਬੱਚੇ ਦੀ ਅੱਧ ਸੜੀ ਲਾਸ਼ ਮੋਹਾਲੀ ਦੇ ਇੱਕ ਜੰਗਲਾਂ ਦੇ ਵਿੱਚ ਨਿੱਜੀ ਹਸਪੀਟਲ ਦੇ ਕੋਲ ਲੱਭਦੀ ਹੈ। ਮੈਂ ਉੱਥੇ ਮੌਜੂਦ ਸੀ, ਮੈਂ ਉਹ ਰਿਕਾਰਡ ਕੀਤੀ ਹੈ, ਕਹਿੰਦਾ ਮੈਂ ਕੈਮਰੇ ਤੇ ਸੀਗਾ, ਮੈਂ ਉਹ ਖਬਰ ਰਿਕਾਰਡ ਕੀਤਾ। ਔਰ ਬੜੀ ਉਹ ਪੁਲਿਸ ਨੇ ਬੜੀ ਭਾਲ ਕੀਤੀ ਉਹਦੀ, ਇਹ ਵੀ ਸੋਚਦੇ ਰਹੇ ਕਿ ਮਾਂ ਇਹਦੀ ਵਿਧਵਾ ਹੈਗੀ ਹੈ, ਸ਼ਾਇਦ ਮਾਂ ਦਾ ਕੋਈ ਗਲਤ ਚੱਕਰ ਨਾ ਹੋਵੇ। ਮਤਲਬ ਸ਼ੱਕ ਦੀਆਂ ਸੂਈਆਂ ਜਿਹੜੀਆਂ ਨੇ ਲਹਿਰ ਸਾਹਿਬ ਇਸ ਤਰ੍ਹਾਂ ਦੇ ਕਤਲ ਦੇ ਵਿੱਚ ਆਟੋਮੈਟਿਕਲੀ ਗੱਲ ਉਹ ਜਾਂਦੀਆਂ ਹੀ ਜਾਂਦੀਆਂ ਨੇ। ਜਲ ਸਾਹਿਬ ਬਿਲਕੁਲ ਠੀਕ ਹੈ, ਕਿਉਂਕਿ ਜਦੋਂ ਵੀ ਕੋਈ ਕਤਲ ਹੁੰਦਾ ਜਾਂ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਨਾ, ਤੇ ਉਹ ਵਾਰਦਾਤ ਦੀ ਜਿਹਦੀ ਇਨਵੈਸਟੀਗੇਸ਼ਨ ਕਰਦੇ ਆ, ਪੜਤਾਲ ਕਰਦੇ ਆ, ਤਫਤੀਸ਼ ਕਰਦੇ ਆ, ਤੇ ਉਹਦੇ ਆਲੇ ਦੁਆਲੇ ਬਹੁਤ ਸ਼ੱਕ ਦੀਆਂ ਸੂਈਆਂ ਹੁੰਦੀਆਂ ਨੇ। ਜਿੱਦਾਂ ਤੁਸੀਂ ਖੁਦ ਹੀ ਗੱਲ ਕਹੀ ਆ ਵੀ ਕੋਈ ਏਦਾਂ ਦਾ ਮਤਲਬ ਨਜਾਇਜ਼ ਸਬੰਧਾਂ ਕਰਕੇ ਵੀ ਕੁਛ ਕਤਲ ਜਿਹੜੇ ਆ ਬੱਚਿਆਂ ਨਾਲ ਬਦਲਾ ਲੈ ਲਿਆ ਜਾਂਦਾ ਉਹਦੇ ਮਾਂ ਬਾਪ ਤੋਂ ਜਾਂ ਕਿਸੇ ਤੋਂ, ਕੁਝ ਅਜਿਹੇ ਵੀ ਘਟਨਾ ਘਟੀਆਂ ਨੇ ਜਿਹੜੀਆਂ ਤਾਂਤਰਿਕ ਬਾਬੇ ਜਿਹੜੇ ਨੇ ਉਹਨਾਂ ਵੱਲੋਂ, ਜਦੋਂ ਹਾਂ ਜਦੋਂ ਕੋਈ ਔਰਤ ਦੇ ਆਪਣੇ ਘਰ ਬੱਚਾ ਨਹੀਂ ਹੁੰਦਾ ਜਾਂ ਔਰਤ ਨਾਲ ਕੋਈ ਸਮੱਸਿਆ ਦੀ, ਕੋਈ ਮਾਨਸਿਕ ਰੋਗੀ ਹੁੰਦੇ ਨੇ, ਉਹ ਹਮੇਸ਼ਾ ਹੀ ਕਤਲ ਕਰਨ ਵਾਲਾ ਬੰਦਾ, ਮਾਰਨ ਵਾਲਾ ਬੰਦਾ, ਲੜਨ ਝਗੜਨ ਵਾਲਾ ਬੰਦਾ, ਲੜਾਈ ਕਰਨ ਵਾਲਾ ਬੰਦਾ, ਉਹਦੇ ਉਹ ਮਾਨਸਿਕ ਰੋਗੀ ਗਿਣਿਆ ਗਿਆ। ਜਿਹੜੀ ਸਾਡੀ ਥਿਊਰੀ ਹੈ ਨਾ, ਸਾਡੇ ਮੁਤਾਬਕ ਆਮ ਲੋਕੀ ਤੇ ਕਹਿੰਦੇ ਕੋਈ ਰੱਬੀ ਹੋ ਜਾਏਗਾ, ਕੁਛ ਹੋ ਜਾਏਗਾ,
ਪਰ ਸਾਡੀ ਵਿਗਿਆਨਿਕ ਸੋਚ ਦੇ ਜਿਹੜੀ ਨਜ਼ਰੀਆ ਹੈ ਉਹਦੇ 'ਚ ਇਹ ਹੁੰਦਾ ਵੀ ਬੰਦਾ ਮਾਨਸਿਕ ਰੋਗੀ ਹੁੰਦਾ, ਔਰ ਮਾਨਸਿਕ ਰੋਗੀ ਇੰਨਾ ਸ਼ਾਤਰ ਅਤੇ ਤੇਜ਼ ਹੁੰਦਾ ਕਿ ਕੋਈ ਵੀ ਜਿਹੜੀ ਘਟਨਾ ਕਰਦਾ ਨਾ ਉਹਨੂੰ ਬੜੀ ਸਾਫ਼ ਸੁਥਰੀ ਢੰਗ ਨਾਲ ਕਰਦਾ। ਸੋ ਪਿੱਛੇ ਜਿੰਨੇ ਵੀ ਕੁਛ ਅਜਿਹੇ ਕਤਲ ਵੀ ਹੋਏ ਨੇ, ਬੱਚਿਆਂ ਦੇ ਕਤਲ ਹੋਏ ਨੇ, ਕਿ ਉਸ ਲੇਡੀ ਦੇ ਜਾਂ ਉਸ ਬੰਦੇ ਦੇ ਜਿਹੜੇ ਬੰਦਾ ਜਿਹੜੇ ਕਤਲ ਕਰਦੇ ਨੇ, ਜਿਹੜੇ ਘਿਣਾਉਣੇ ਕੰਮ ਕਰਦੇ, ਉਹ ਤਾਂਤਰਿਕ ਬਾਬਿਆਂ ਕੋਲ ਜਾਂਦੇ ਨੇ ਤੇ ਉਹ ਬਾਬੇ ਜਿਹੜੇ ਉਹਨਾਂ ਨੂੰ ਇਹ ਸਲਾਹ ਦਿੰਦੇ ਨੇ ਵੀ ਤੁਸੀਂ ਕੋਈ ਅਜਿਹਾ ਬੱਚਾ ਲੱਭੋ ਜਿਹੜੇ ਬੱਚੇ ਦਾ ਤੁਸੀਂ ਕਤਲ ਕਰਕੇ ਉਹਦਾ ਖੂਨ ਪੀਣਾ, ਜਾਂ ਉਹਨੂੰ ਇਸ ਢੰਗ ਨਾਲ ਉਹਦਾ ਖੂਨ ਪੀ ਕੇ ਤੇ ਤੁਸੀਂ ਫਿਰ ਤੁਹਾਡੇ ਅਗਲੇ ਮਹੀਨੇ ਜਾਂ ਤਿੰਨਾਂ ਮਹੀਨਿਆਂ ਬਾਅਦ ਤੁਸੀਂ ਜਿਹੜੇ ਆ ਉਹ ਬੱਚੇ ਦੀ ਔਲਾਦ ਦੀ ਜਿਹੜੀ ਤੁਹਾਡੀ ਮੰਗ ਆ ਪੂਰੀ ਹੋਜੂ। ਤੇ ਉਹ ਮਾਨਸਿਕ ਰੋਗੀ ਹੁੰਦਾ ਜਿਹੜਾ ਗਿਆ ਹੁੰਦਾ ਉਹਦੇ ਕੋਲ ਪੁੱਛਾਂ ਪਾਉਣ, ਤੇ ਉਹਦੇ 'ਚ ਪੁੱਛਣਾ ਪਾਉਣ 'ਚ ਰੋਗੀ ਜਿਹੜਾ ਹੈ ਉਹ ਫਿਰ ਇੱਦਾਂ ਦੀ ਹਰਕਤ ਕਰਦਾ। ਆਮ ਤੌਰ 'ਤੇ ਅਨੇਕਾਂ ਹੀ ਮੇਰਾ ਖਿਆਲ ਘੱਟੋ ਘੱਟ ਇਹੋ ਜਿਹੇ ਬੱਚਿਆਂ ਨੂੰ ਅਗਵਾ ਕਰਕੇ ਕਤਲ ਕਰਨ 'ਚ 20 ਜਾਂ 25% ਉਹਨਾਂ ਬਾਬਿਆਂ ਦਾ, ਤਾਂਤਰਿਕ ਲੋਕਾਂ ਦਾ, ਉਹਨਾਂ ਦਾ ਬਹੁਤ ਵੱਡਾ ਹੱਥ ਹੈ, ਕਿਉਂਕਿ ਉਹ ਹਮੇਸ਼ਾ ਹੀ ਮਾਨਸਿਕ ਰੋਗੀ ਨੂੰ ਬਹੁਤ ਤਰੀਕੇ ਨਾਲ ਹਿਪਨੋਟਾਈਜ਼ ਕਰ ਦਿੰਦੇ ਨੇ, ਜਿਹਦੇ ਕਰਕੇ ਉਹ ਇੱਕ ਤਾਂ ਰੋਗੀ ਹੁੰਦਾ ਹੀ ਹੈ ਤੇ ਦੂਸਰਾ ਉਹਨੂੰ ਹੋਰ ਤਰੀਕੇ ਦੇ ਨਾਲ ਇੰਨਾ ਹਿਪਨੋਟਾਈਜ਼ ਕਰ ਲਿਆ ਜਾਂਦਾ ਕਿ ਉਹ ਜਿਹੜੀ ਹਰਕਤ ਹੈ, ਜਿਵੇਂ ਤੁਸੀਂ ਵੇਖਿਆ ਨਾ ਘਰਾਂ 'ਚ ਕਹਿੰਦੇ ਨੇ ਉਹ ਰੋੜੇ ਵੱਜਦੇ ਨੇ, ਘਰਾਂ 'ਚ ਕਹਿੰਦੇ ਕੱਪੜੇ ਕੱਟੇ ਜਾਂਦੇ ਨੇ, ਜਾਂ ਉੱਥੇ ਰੰਗ ਸੁੱਟਿਆ ਜਾਂਦਾ, ਜਾਂ ਲਹੂ ਆ ਗਿਆ, ਜਾਂ ਪੀਸ ਆ ਗਿਆ, ਇਹ ਸਾਰੀਆਂ ਮਾਨਸਿਕ ਰੋਗੀ ਦੀਆਂ ਜਿਹੜੀਆਂ ਕੰਡੀਸ਼ਨਸ ਨੇ, ਉਹਨਾਂ ਦੀਆਂ ਹਰਕਤਾਂ ਨੇ, ਤੇ ਉਹਨਾਂ ਹਰਕਤਾਂ ਦੇ ਪਿੱਛੇ ਸਿਰਫ ਤੇ ਸਿਰਫ ਮਨੁੱਖੀ ਹੱਥ ਹੁੰਦਾ। ਸੋ ਇਸ ਕਰਕੇ ਜਿਹੜੇ ਇਹ ਕਤਲ ਨੇ ਇਹਨਾਂ ਦੇ 'ਚ ਬੜੀ ਸ਼ਾਤਰ, ਹੁਣ ਨੀਲਮ ਗਵਾਂਢਣ ਸੀ ਔਰ ਇੰਨੀ ਸ਼ਾਤਰ ਸੀ ਵੀ ਉਹ ਸ਼ਾਤਰਪੁਣੇ ਕਰਕੇ ਹੀ ਇੱਕ ਭੂਆ ਬਣੀ, ਭੂਆ ਬਣਨ ਤੋਂ ਬਾਅਦ ਉਹਨੂੰ ਟੋਫੀ ਦਾ ਲਾਲਚ ਦਿੱਤਾ, ਲਾਲਚ ਦੇ ਕੇ ਲੈ ਕੇ ਜਾਣਾ, ਫਿਰ ਏਡਾ ਵੱਡਾ ਜ਼ਿਗਰਾ। ਪਰ ਅਜੇ ਤੱਕ ਇਹ ਸਾਬਤ ਮੇਰਾ ਖਿਆਲ ਮੈਨੂੰ ਨਹੀਂ ਅਜੇ ਪਤਾ ਵੀ ਉਹਦੇ ਪਿੱਛੇ ਲੌਜਿਕ ਕੀ ਨਿਕਲਿਆ ਵੀ ਉਹ ਮਾਨਸਿਕ ਰੋਗੀ ਦੇ ਨਾਲ ਨਾਲ ਹੋਰ ਉਹ ਕਿਹੜਾ ਉਹਦਾ ਜਿਹੜਾ ਸੀ ਮਕਸਦ ਸੀ ਇਸ ਕੁੜੀ ਦੇ ਬੱਚੀ ਦੇ ਕਤਲ ਕਰਨਾ। ਮਕਸਦ ਨਾ ਸਾਹਮਣੇ ਆਉਣਾ ਚਾਹੀਦਾ ਜੀ ਵੀ ਇਸ ਨੀਲਮ ਨਾਂ ਦੀ ਔਰਤ ਨੇ ਜੀ ਇੱਕ ਬੱਚੀ ਨੂੰ, ਜਿਸ ਬੱਚੀ ਨੂੰ ਆਪਾਂ ਪਿਆਰ ਕਰਦੇ ਹਾਂ, ਬਿਲਕੁਲ ਜੀ, ਜਿਸ ਨਾਲ ਆਪਾਂ ਹੱਸਦੇ ਖੇਡਦੇ ਹਾਂ, ਜਿਹਨੂੰ ਆਪਾਂ ਟੋਫੀਆਂ ਦਿੰਦੇ ਹਾਂ, ਅਚਾਨਕ ਉਹਨੂੰ ਆਪਾਂ ਅਗਵਾਹ ਕਰਨ ਲੈਂਦੇ ਹਾਂ ਜੀ, ਮਨ 'ਚ ਸਕੀਮ ਆਉਂਦੀ ਹੈ, ਫਿਰ ਉਹਨੂੰ ਜਿਉਂਦਿਆਂ ਮਾਰ ਦਿੰਦੇ ਹਾਂ। ਬਿਲਕੁਲ, ਕਹਿੰਦਾ ਹੁੰਦਾ ਨਾ ਵੀ ਚਲੋ ਤੁਸੀਂ ਉਹਨੂੰ ਭੁੱਖਾ ਮਾਰ ਲਿਆ, ਜਾਂ ਗਰਦਨ ਵੜਤੀ, ਜਾਂ ਉਹਨੂੰ ਗੋਲੀ ਮਾਰਤੀ, ਉਹ ਸਿੱਧਾ ਸਿੱਧਾ ਸ਼ੂਟ ਹੈ। ਤੁਸੀਂ ਜਿਉਂਦੇ ਉਹਨੂੰ ਰੇਤਾ 'ਚ, ਮੂੰਹ 'ਚ ਰੇਤਾ ਪਾ ਕੇ ਦੱਬਦੇ ਹੋ, ਬਹੁਤ ਵੱਡਾ ਜਿਗਰਾ ਚਾਹੀਦਾ ਇਹਦੇ ਵਾਸਤੇ, ਹੈ ਨਾ? ਬਿਲਕੁਲ ਜੀ, ਇਹ ਤੇ ਸਮਾਜ ਜਿਹੜਾ ਨਾ ਸਾਡਾ ਸਿਸਟਮ ਜ਼ਿੰਮੇਵਾਰ ਹੈ, ਜ਼ਿੰਮੇਵਾਰ ਹੈ। ਇੱਕ ਚੀਜ਼ ਕਰਵੰਤ ਗਿੱਲ ਦੀ ਪੱਕੀ ਨੋਟ ਕਰ ਲਓ ਜੀ, ਇਹ ਜਿਹੜੇ ਘਿਨਾਉਣੇ ਕਾਰਨਾਮੇ ਹੁੰਦੇ ਨੇ, ਲੁੱਟਾਂ ਖੋਹਾਂ ਜਾਂ ਇਹੋ ਜਿਹੇ ਕਤਲ ਹੁੰਦੇ ਨੇ, ਇਹਦੇ ਪਿੱਛੇ ਸਾਡਾ ਸਿਸਟਮ ਵੀ ਓਨਾ ਹੀ ਜ਼ਿੰਮੇਵਾਰ ਹੈ ਜੀ, ਓਨਾ ਹੀ ਸਾਡਾ ਜਿਹੜਾ ਆਲਾ ਦੁਆਲਾ ਜ਼ਿੰਮੇਵਾਰ ਹੈ। ਜਦੋਂ ਤੱਕ ਅਸੀਂ ਆਪਣੇ ਮਾਨਸਿਕ ਜਿਹੜੀ ਸਾਡੀ ਸਥਿਤੀ ਹੈ ਇਹਨੂੰ ਮਤਲਬ ਚੰਗੇ ਢੰਗ ਨਾਲ, ਚੰਗੀ ਸੋਚ ਪੈਦਾ ਨਹੀਂ ਕਰਦੇ, ਉਦੋਂ ਤੱਕ ਇਹ ਜਿਹੜੇ ਘਿਨਾਉਣੇ ਕਾਰਨਾਮੇ ਨੇ ਇਹ ਹੁੰਦੇ ਰਹਿਣਗੇ। ਸੋ ਮਾਨਸਿਕ ਜਿਹੜੀ ਸਥਿਤੀ ਹੈ ਜਾਂ ਸਾਡਾ ਸਿਸਟਮ ਜਿਹੜਾ ਜਿੱਦਾਂ ਦਾ ਸਾਡਾ ਘਪਲਾ ਇੱਦਾਂ ਦਾ ਮਤਲਬ ਗੰਧਲਾ ਹੋ ਚੁੱਕਾ, ਇਹਨੂੰ ਸਾਫ਼ ਕਰਨ ਦੀ ਜ਼ਰੂਰਤ ਹੈ, ਤਾਂ ਹੀ ਇਹੋ ਜਿਹੇ ਘਿਨਾਉਣੇ ਕਾਰਨਾਮੇ। ਅਤੇ ਦੂਸਰੀ ਸਾਡੀ ਜਿਹੜੀ ਨਿਆਂਪਾਲਕਾ ਹੈ ਜੀ, ਨਿਆਂਪਾਲਕਾ ਅਤੇ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ, ਜਦੋਂ ਤੱਕ ਇਹਨਾਂ ਕੇਸਾਂ 'ਚ ਸਖ਼ਤ ਨਹੀਂ ਹੁੰਦਾ, ਇੱਕ ਵੱਖਰੇ ਤਰ੍ਹਾਂ ਦੀ ਜਿਹੜੀ ਹੈ ਉਹ ਸਜ਼ਾ ਨਿਰਧਾਰਤ ਨਹੀਂ ਕਰਦਾ, ਤੇ ਇਹਦੀ ਜਿਹੜੀ ਪੜਤਾਲ ਹੈ ਲੰਮੇ ਸਮੇਂ ਤੱਕ ਚੱਲਣ ਦੀ ਬਜਾਏ ਇਹਨੂੰ ਸ਼ਾਰਟ ਸਰਕਟ 'ਚ ਬਹੁਤ ਮਤਲਬ ਫਾਸਟ ਟਰੈਕ ਦੇ ਨਾਲ ਜੇ ਸਜ਼ਾਵਾਂ ਹੁੰਦੀਆਂ ਰਹਿਣ ਤਾਂ ਕੁਝ ਨਾ ਕੁਝ ਜਿਹੜੀ ਆ ਸਮਾਜ ਦੇ ਅੰਦਰ ਇਹੋ ਜਿਹੇ ਘਿਨਾਉਣੇ ਕਾਰਨਾਮਿਆਂ ਦੇ ਉੱਤੇ ਰੋਕ ਲੱਗ ਸਕਦੀ ਹੈ, ਘੱਟ ਸਕਦੇ ਨੇ। ਸਵਾਲ ਹੈ ਜੀ, ਤੁਸੀਂ ਇੱਕ ਮਾਦਰ ਹੋ, ਜਦੋਂ ਬੱਚਾ 2-2.5 ਸਾਲ ਦਾ ਬੱਚਾ ਘਰੇ ਖੇਡ ਰਿਹਾ ਹੁੰਦਾ ਹੈ, ਇਹਦੇ ਵਿੱਚ
ਮੈਂ ਸਮਝਿਆ ਵੀ ਕਿਤੇ ਨਾ ਕਿਤੇ ਪਰਿਵਾਰ ਦੀ ਗਲਤੀ ਵੀ ਹੋਈ ਹੈ। ਪਰਿਵਾਰ ਨੇ ਬੱਚਾ ਇਕੱਲਾ ਕਿਉਂ ਛੱਡਿਆ? ਸਭ ਤੋਂ ਪਹਿਲਾ ਸਵਾਲ, ਉਹ ਬੱਚੀ ਕਿੱਥੇ ਸੀ ਜਦੋਂ ਅਗਵਾਹ ਕਰਕੇ ਲੈ ਗਈ ਹੈ, ਸਕੂਟਰ ਤੇ ਬਿਠਾ ਕੇ ਲੈ ਗਈ ਹੈ ਕਨੈਡਿਕ ਤੇ? ਇੱਕ ਮਿੰਟ ਤੇ ਕਿਤੇ ਨਾ ਕਿਤੇ ਮਾਂ ਦੀ, ਦਾਦੇ ਦੀ, ਪਿਓ ਦੀ, ਚਲੋ ਪਿਓ ਦਾ ਹੋ ਸਕਦਾ ਪਿਓ ਕੰਮ ਕਰ ਰਿਹਾ ਹੋਵੇ, ਕਿਤੇ ਬਾਹਰ ਦੁਕਾਨ ਤੇ ਗਿਆ ਹੋਵੇ, ਜੋਬ ਤੇ ਗਿਆ ਹੋਵੇ, ਦਾਦਾ ਹੋ ਸਕਦਾ ਕਿਤੇ ਆਊਟਸਾਈਡ ਗਿਆ, ਗੁਰੂ ਘਰ ਗਿਆ ਹੋਵੇ, ਪਰ ਮਾਂ ਦੀ ਮੌਲਿਕ ਰਿਸਪੋਂਸੀਬਿਲਟੀ ਬਣਦੀ ਹੈ ਕਿ ਡੇਢ ਦੋ ਸਾਲ ਢਾਈ ਸਾਲ ਦੀ ਬੱਚੀ ਮੇਰੀ ਕਿੱਥੇ ਖੇਡ ਰਹੀ ਹੈ। ਇਹਦੇ ਕਿਤੇ ਨਾ ਕਿਤੇ ਬੀਗੇ ਮਾਤਾ ਤੇ ਨਾ, ਮੇਰਾ ਇੱਕ ਸਵਾਲ ਆ ਤੁਹਾਨੂੰ, ਇਹਦੇ ਵਿੱਚ ਕਿਤੇ ਨਾ ਕਿਤੇ ਮਾਂ ਦੀ ਗਲਤੀ ਵੀ ਹੋ ਸਕਦੀ, ਮਾਂ ਦੀ ਗਲਤੀ ਵੀ ਹੈਗੀ ਹੈ ਮੇਰੇ ਹਿਸਾਬ ਨਾਲ। ਗਿੱਲ ਸਾਹਿਬ, ਤੁਸੀਂ ਸਵਾਲ ਸਹੀ ਕੀਤਾ, ਮੈਂ ਤੁਹਾਨੂੰ ਇਹਦੀ ਕਲੈਰੀਫਿਕੇਸ਼ਨ ਦਿੰਦੀ ਹਾਂ ਕਿ ਕਈ ਵਾਰ ਕੀ ਹੁੰਦਾ ਹੈ ਕਿ ਪੇਰੈਂਟਸ ਨੂੰ ਕੋਈ ਨਾ ਕੋਈ ਕੰਮ ਪੈ ਜਾਂਦਾ ਹੈ, ਆਪਣੇ ਗੁਆਂਢ ਮੱਥੇ ਇੰਨਾ ਕੁ ਜ਼ਿਆਦਾ ਵਿਸ਼ਵਾਸ ਹੁੰਦਾ ਇੱਕ ਦੂਜੇ ਤੇ, ਸੋ ਕੀ ਕਹੀਦਾ ਕਿ ਜੇ ਪੇਰੈਂਟਸ ਨੂੰ ਕੰਮ ਪੈ ਗਿਆ ਤਾਂ ਉਹ ਆਪਣੀ ਬੱਚੀ ਨੂੰ ਉਹਦੇ ਹਵਾਲੇ ਕਰਕੇ ਗਈ ਸੀ ਕਿ ਥੋੜੀ ਦੇਰ ਤੂੰ ਸੰਭਾਲ ਲੈ, ਮੈਂ ਹੁਣੇ ਆ ਜਾਂਦੀ ਹਾਂ ਪਹਿਲਾਂ। ਹਾਲਾਂਕਿ ਉਹਦੀ ਮਾਤਾ ਉਹਦੇ ਜਿਹੜੀ ਨੀਲਮ ਹੈ ਦੋਸ਼ਣ ਕਮੀਨੀ, ਮੈਂ ਤਾਂ ਕਮੀਨੀ ਹੀ ਕਵਾਂਗੀ ਉਹਨੂੰ, ਔਰਤ ਨੂੰ ਜਿਹੜੀ ਉਹਦੇ ਕੋਲ ਛੱਡ ਕੇ ਜਾਂਦੀ ਹੈ ਥੋੜੀ ਦੇਰ ਵਾਸਤੇ ਕਿ ਮੈਂ ਵਾਪਸ ਇੱਥੋਂ, ਇਸੇ ਗੱਲ ਦਾ ਖੁਲਾਸਾ ਉਦੋਂ ਹੀ ਹੋਇਆ ਸੀ ਕਿਉਂਕਿ ਜਦੋਂ ਉਹ ਛੱਡ ਕੇ ਜਾਂਦੀ ਹੈ ਨਾ ਉਹਦੀ ਨੀਲਮ ਕੀ ਮਾਂ ਨੇ ਜਦੋਂ ਉਹਦੇ ਕੋਲ ਛੱਡਿਆ ਤਾਂ ਨੀਲਮ ਕੀ ਕਹਿੰਦੀ ਹੈ ਕਿ ਚਲੋ ਆਪਾਂ ਘੁੰਮਣ ਫਿਰਨ ਚੱਲਦੇ ਹਾਂ ਜਾਂ ਤੈਨੂੰ ਕੋਈ ਚੀਜ਼ ਦਿਵਾਉਣ ਲੈ ਕੇ ਚੱਲਦੀ ਹੈ। ਉਹ ਇਸੇ ਬਹਾਨੇ ਹੀ ਲੈ ਕੇ ਗਈ ਸੀ, ਜਦੋਂ ਉਹਦੀ ਮਾਂ ਨੇ ਉਹਨੂੰ ਪੁੱਛਿਆ ਤਾਂ ਉਸ ਔਰਤ ਨੇ ਫਿਰ ਇਹੀ ਜਵਾਬ ਦਿੱਤਾ ਸੀ ਕਿ ਪਤਾ ਨਹੀਂ ਕਿ ਕਿੱਥੇ ਗਾਇਬ ਹੋ ਗਈ। ਉਦੋਂ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਸੀ, ਜਦੋਂ ਗਾਇਬ ਹੋਣ ਦੀ ਤਫਤੀਸ਼ ਕੀਤੀ ਗਈ ਹੈ, ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਹੈ, ਫਿਰ ਨੀਲਮ ਬਾਰੇ ਸਾਰਾ ਜਿਹੜਾ ਖੁਲਾਸਾ ਹੋਇਆ ਸੀ। ਗਿੱਲ ਸਾਹਿਬ, ਮੈਂ ਤਾਂ ਹੀ ਤੁਹਾਨੂੰ ਦੱਸ ਰਹੀ ਹਾਂ ਕਿ ਕਈ ਵਾਰ ਹੁਣ ਜੇਕਰ ਆਪਾਂ ਤੁਹਾਡੀ ਵੀ ਗੱਲ ਕਰੀਏ ਜਾਂ ਲਹਿਲ ਸਾਹਿਬ ਦੀ ਵੀ ਗੱਲ ਕਰੀਏ, ਆਪਾਂ ਡਿਊਟੀ ਵਿੱਚ ਬਿਜ਼ੀ ਹੋ ਜਾਂਦੇ ਹਾਂ ਕਾਫੀ ਜ਼ਿਆਦਾ, ਇੱਧਰ ਉੱਧਰ ਆਪਾਂ ਜ਼ਰੂਰੀ ਕੰਮ ਤੇ ਵੀ ਜਾਣਾ ਪੈ ਜਾਂਦਾ ਜਾਂ ਕਈ ਵਾਰ ਆਪਾਂ ਮਰਗਤ ਤੇ ਵੀ ਜਾਣਾ ਪੈ ਜਾਂਦਾ, ਸੋ ਆਪਾਂ ਮਰਗਤ ਤੇ ਆਪਣੇ ਬੱਚੇ ਨਹੀਂ ਲੈ ਕੇ ਜਾ ਸਕਦੇ, ਸੋ ਕਈ ਵਾਰ ਆਪਣੇ ਬੱਚੇ ਅਸੀਂ ਗਵਾਂਢਣ ਦੇ ਛੱਡ ਜਾਂਦੇ ਜਾਂ ਆਪਣੇ ਕਿਸੇ ਨੋਨ ਪਰਸਨ ਕੋਲ ਛੱਡ ਜਾਂਦੇ ਹਾਂ, ਬਟ ਸਾਨੂੰ ਨਹੀਂ ਪਤਾ ਹੁੰਦਾ ਕਿ ਉਹ ਜਿਹੜੀ ਔਰਤ ਹੈ ਉਹ ਖੁੰਖਾਰ ਔਰਤ ਸੀ, ਉਹਦੇ ਦਿਲ ਵਿੱਚ ਕਾਫੀ ਜ਼ਿਆਦਾ ਜ਼ਹਿਰ ਭਰਿਆ ਹੋਇਆ ਸੀ। ਜ਼ਹਿਰ ਕਿਸ ਗੱਲ ਦਾ ਸੀ ਉਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਉਹਦਾ ਕਹਿਣਾ ਸੀ ਕਿ ਪਤਾ ਨਹੀਂ ਦਿਲਰੋਜ਼ ਨੂੰ ਇੰਨਾ ਉਹਦੇ ਘਰ ਦੇ ਪਿਆਰ ਕਿਉਂ ਕਰਦੇ ਹੈ, ਉਹਦੇ ਲਈ ਖਿਡੌਣੇ ਚੀਜ਼ਾਂ ਕਿਉਂ ਲੈ ਕੇ ਆਉਂਦੇ, ਕਿਉਂਕਿ ਉਹੀ ਨੀਲਮ ਔਰਤ ਨੇ ਇੱਕ ਵਾਰ ਉਹਨਾਂ ਕੋਲੋਂ ਕੋਈ ਪੈਸੇ ਵੀ ਮੰਗੇ ਸੀ, ਸ਼ਾਇਦ ਉਸ ਟਾਈਮ ਉਹਨਾਂ ਕੋਲ ਪੈਸੇ ਨਹੀਂ ਸਨ, ਉਹ ਦੇ ਨਹੀਂ ਸੀ ਪਾਏ, ਤਾਂ ਉਹਨੇ ਇਹ ਹਰਕਤ ਨੂੰ ਅੰਜਾਮ ਦਿੱਤਾ। ਸਾਈਕੋ ਕਹਿ ਸਕਦੇ ਆਪਾਂ, ਮੈਂ ਪਹਿਲਾਂ ਹੀ ਕਹਿ ਚੁੱਕਾ ਮਾਨਸਿਕ ਰੋਗੀ ਦਾ ਮਤਲਬ ਇਹੀ ਹੁੰਦਾ। ਪਹਿਲਾਂ ਮਾਂ ਦਾ ਵਿਜ਼ੂ ਦੇਖਦੇ ਆ ਵੀ ਮਾਂ ਉਸ ਸਮਾਜ ਤੇ ਗਈ ਹੋਈ ਹੈ, ਵਿਜ਼ੂ ਤੁਸੀਂ ਰੈਗੂਲਰ ਵਾਚ ਕਰ ਰਹੇ ਹੋ, ਜਿਸ ਜਗ੍ਹਾ ਤੇ ਦਿਲਰੋਜ਼ ਨੂੰ ਦੱਬਿਆ ਸੀਗਾ ਉਹਦੇ ਵਿਜ਼ੂ ਅਸੀਂ ਬਾਰ ਬਾਰ ਅਸੀਂ ਰਿਪੀਟ ਕਰ ਰਹੇ ਹਾਂ, ਟੀਵੀ ਸਕਰੀਨ ਤੇ ਤੁਸੀਂ ਵੇਖ ਵੀ ਰਹੇ ਹੋ। ਮਾਂ ਦੇ ਮਾਂ ਦੀ ਗੱਲ ਸੁਣਦੇ ਕਿ ਮਾਂ ਦੇ ਕੀ ਬਿਆਨ ਨੇ ਇਸ ਸਮੇਂ ਤੇ ਖੜ ਕੇ, ਲੱਤਾਂ ਸਰੀਰ ਦਾ ਬੋਝ ਨਹੀਂ ਚੱਲਦੀਆਂ ਇਸ ਜਗ੍ਹਾ ਤੇ ਖੜ ਕੇ, ਦਾ ਸੰਘਰਸ਼ ਵਿੱਚ ਇੱਕ ਇੱਕ ਦਿਮਾਗ 'ਚ ਭੁਲੇਖਾ ਸੀ ਕਿ ਉਹਨੂੰ ਸਜ਼ਾ ਦਵਾ ਕੇ ਸ਼ਾਇਦ ਮੈਂ ਆਪਣੇ ਬੱਚੇ ਨੂੰ ਵਾਪਸ ਪਾ ਲੂੰਗੀ, ਪਰ ਨਹੀਂ, ਮੈਂ ਫਿਰ ਵੀ ਅਜੇ ਖਾਲੀ ਹੱਥਾਂ, ਕੋਈ ਦਿਲ ਰੋਜ਼ ਚਾਹੀਦੀ ਹੈ ਮੈਨੂੰ ਬਾਬਾ ਜੀ ਅੱਗੇ ਅਰਦਾਸ ਆ। ਲੈ ਸਾਹਿਬ ਜੀ, ਕਿੰਨੀ ਦਰਦਨਾਕ ਮੂਮੈਂਟ ਹੈ। ਬਿਲਕੁਲ ਜੀ, ਮਾਂ ਕਹਿ ਰਹੀ ਹੈ ਕਿ ਮੇਰੀਆਂ ਲੱਤਾਂ ਭਾਰ ਨਹੀਂ ਚੱਲ ਰਹੀਆਂ, ਮੈਂ ਦਿਲਰੋਜ਼ ਨੂੰ ਲੈਣ ਆਈ ਆ, ਦਿਲਰੋਜ਼ ਤਾਂ 2 ਸਾਲ ਕੁਛ ਮਹੀਨੇ ਪਹਿਲਾਂ ਮਰ ਚੁੱਕੀ ਹੈ, ਲੇਕਿਨ ਫਿਰ ਵੀ ਲਹਿਲ ਸਾਹਿਬ ਜੀ, ਮਾਂ ਦਾ ਜਿਗਰਾ ਨਹੀਂ ਮੰਨਦਾ, ਮਾਂ ਦਾ ਦਿਲ ਨਹੀਂ ਮੰਨਦਾ ਕਿ ਮੇਰੀ ਬੱਚੀ ਮੇਰੇ ਕੋਲ ਹੈ ਨੀ, ਕੀ ਕਹਿਣਾ ਚਾਹੁੰਦੇ? ਮਾਂ ਬਾਪ ਦਾ ਮਨ ਕਿਵੇਂ ਬਦਲੇਗਾ? ਤੁਹਾਨੂੰ ਖੁਦ ਪਤਾ ਹੀ ਆ ਵੀ ਪਿੱਛੇ ਜੇ ਚਲੋ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਜੀ, ਅਜੇ ਤੇ ਉਹ ਪਰ ਜਵਾਨ ਸੀ, ਤਾਂ ਉਸ ਤੋਂ ਬਾਅਦ ਉਹਦੇ ਮਾਂ ਪਿਓ ਦਾ ਕੀ ਹਾਲ ਹੋਇਆ ਸੀ ਜਦੋਂ ਕਿ ਦੁਸ਼ਮਣਾਂ ਨੇ ਗੋਲੀ ਮਾਰ ਦਿੱਤੀ ਸੀ,
ਤਾਂ ਉਹ ਸਦਾ ਹੀ ਇਹ ਸੰਤਾਪ ਭੁਗਤਦੇ ਰਹੇ ਤੇ ਵਾਹਿਗੁਰੂ ਨੇ ਫਿਰ ਉਹਨਾਂ ਦੀ ਜਿਹੜੀ ਅਰਦਾਸ ਸੁਣੀ ਤੇ ਉਹਨਾਂ ਦੇ ਘਰ ਕਲਕਾਰੀਆਂ ਵੱਜੀਆਂ ਤੇ ਉਹਦਾ ਫਾਦਰ ਵੀ ਇਸ ਗੱਲ ਲਈ ਕਰ ਰਿਹਾ ਸੀ ਵੀ ਇਹ ਸੱਚੇ ਪਾਤਸ਼ਾਹ ਜਿਵੇਂ ਮੈਨੂੰ ਤੁਸੀਂ ਇਹ ਸੰਤਾਪ ਦਿੱਤਾ ਤੇ ਮੈਨੂੰ ਸੁੱਖ ਵੀ ਤੁਸੀਂ ਦੇਣਾ ਸੋ ਮੇਰੇ ਘਰ ਦੁਬਾਰਾ ਮੇਰੀ ਅਰਦਾਸ ਕਰੋ ਕਿ ਮੇਰੇ ਘਰ ਦੁਬਾਰਾ ਜਿਹੜੀ ਆ ਦਿਲਜੋਤ ਜਿਹੜੀ ਆ ਉਹ ਦੁਬਾਰਾ ਉਹ ਆਵੇ ਤੇ ਅਸੀਂ ਫਿਰ ਸਾਡੇ ਘਰ ਕਲਕਾਰੀਆਂ ਪੈਣ। ਸੋ ਨਾਲ ਦੀ ਗੱਲ ਜਿੱਦਾਂ ਤਰਨ ਰਜਿੰਦਰ ਜੀ ਨੇ ਗੱਲ ਕਹੀ ਆ ਵੀ ਭਰੋਸਾ ਬਹੁਤ ਵੱਡੀ ਚੀਜ਼ ਹੁੰਦੀ ਹੈ, ਕਿਉਂਕਿ ਆਂਢ ਗੁਆਂਢ ਤੇ ਬੱਚੇ ਹਮੇਸ਼ਾ ਹੀ ਸਾਰੇ ਇਕੱਠੇ ਖੇਡਦੇ ਨੇ ਜਾਂਦੇ ਨੇ, ਗੁਆਂਢਾਂ 'ਚ ਪਤਾ ਹੀ ਹੁੰਦਾ ਆਲੇ ਦੁਆਲੇ ਦਾ, ਤੇ ਵਿਸ਼ਵਾਸ ਇੱਕ ਹੁੰਦਾ ਵੀ ਮੇਰਾ ਬੱਚਾ ਜਿਹੜਾ ਉਹ ਜਾ ਰਿਹਾ, ਉਹ ਮਾਂ ਦਾ ਕਸੂਰ ਤਾਂ ਨਹੀਂ ਕੋਈ ਗਿਣਿਆ ਜਾ ਸਕਦਾ, ਕਿਉਂਕਿ ਹਰ ਮਾਂ ਬਾਪ ਜਿਹੜਾ ਨਾ ਉਹ ਬੱਚੇ ਨੂੰ ਖੇਡਣ ਦਾ ਮੌਕਾ ਤਾਂ ਦਿੰਦਾ ਹੀ ਆ, ਘਰੋਂ ਨਿਕਲਣ ਦਾ ਮੌਕਾ ਦਿੰਦਾ, ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਜਿੱਥੇ ਉਹ ਖੇਡਣ ਜਿਹੜੇ ਬੱਚਿਆਂ ਨਾਲ ਜਾਂ ਜਿਸ ਔਰਤ ਦੇ ਘਰ ਜਾਂ ਜਿੱਥੇ ਜਾ ਕੇ ਜਿਹੜੀ ਮਤਲਬ ਪਰਮਾਨੈਂਟ ਹੀ ਸਾਡੇ ਨਾਲ ਆਉਣ ਜਾਣ ਹੈ, ਜਿਹਦਾ ਮੋਹ ਪਿਆਰ ਹੈ, ਮਤਲਬ ਭੂਆ ਬਣੀ ਹੋਈ ਹੈ ਉਹਦੇ ਘਰ ਖੇਡਣ ਜਾ ਰਹੀ ਹੈ ਤੇ ਕੋਈ ਏਦਾਂ ਦੀ ਉਹਦੇ ਮਨ 'ਚ ਕੋਈ ਨਫ਼ਰਤ ਹੈ ਜਿਹਦੇ ਨਾਲ ਉਹਦਾ ਬਦਲਾ ਲਏਗੀ, ਇਸ ਗੱਲ ਦਾ ਮਾਂ ਪਿਓ ਨੂੰ ਸ਼ਾਇਦ ਨਾ ਪਤਾ ਹੋਵੇ। ਸੋ ਅਗਲੇ ਇਹ ਜਿਹੜਾ ਸੁਨੇਹਾ ਸੀ ਨਾ ਜਦੋਂ ਕਤਲ ਹੋਇਆ ਲਾਜ਼ਮੀ ਗੱਲ ਸੀ ਬਹੁਤ ਲੋਕਾਂ ਦਾ ਭਰੋਸਾ ਜਿਹੜਾ ਸੀ ਆਂਢ ਗੁਆਂਢ ਤੋਂ ਟੁੱਟਣਾ ਸ਼ੁਰੂ ਹੋ ਗਿਆ, ਪਹਿਲਾਂ ਹੀ ਆਲਰੇਡੀ ਸਾਡੇ ਸ਼ਹਿਰਾਂ ਦੇ ਅੰਦਰ ਪਿੰਡਾਂ ਦੇ ਅੰਦਰ ਤੇ ਫਿਰ ਵੀ ਅਜੇ ਸਮਾਜਿਕ ਜਿਹੜੀ ਸਾਂਝ ਹੈਗੀ ਆ ਭਾਈਚਾਰਕ ਸਾਂਝ ਹੈਗੀ ਆ ਸ਼ਹਿਰਾਂ ਦੇ ਅੰਦਰ ਤੇ ਜਿਹੜੀ ਭਾਈਚਾਰਕ ਸਾਂਝ ਹੀ ਟੁੱਟਦੀ ਜਾ ਰਹੀ ਆ। ਅੱਜ ਕਿਸੇ ਨੂੰ ਇਹ ਨਹੀਂ ਪਤਾ ਵੀ ਮੇਰੇ ਸਾਹਮਣੇ ਘਰ ਵਾਲੇ 'ਚ ਬੰਦਾ ਕੌਣ ਰਹਿੰਦਾ, ਕਿਹੜੀ ਜਾਤ ਦਾ, ਕਿਹੜੀ ਬਰਾਦਰੀ ਦਾ, ਕਿਹੜੇ ਦੇਸ਼ ਦਾ, ਕਿਹੜੇ ਪਿੰਡ ਦਾ ਜਾਂ ਸ਼ਹਿਰ ਦਾ, ਨਾ ਉਹਨੂੰ ਪਤਾ ਹੁੰਦਾ ਵੀ ਮੇਰੇ ਸਾਹਮਣੇ ਜਿਹੜਾ ਘਰ ਰਹਿ ਰਿਹਾ ਇਹ ਕੌਣ ਆ। ਉਹ ਤਾਂ ਤੁਸੀਂ ਆਪ ਇੱਕ ਦੂਜੇ ਨਾਲ ਮੋਹ ਪਿਆਰ ਪਾ ਕੇ ਭਾਵੇਂ ਗੱਲ ਕਰ ਲਓ, ਨਹੀਂ ਤੇ ਵਰਿਆਂ ਤੱਕ ਨਹੀਂ ਪਤਾ ਲੱਗਦਾ। ਸੋ ਪਹਿਲਾਂ ਹੀ ਸਾਡੀ ਭਾਈਚਾਰਕ ਸਾਂਝ ਟੁੱਟਦੀ ਜਾ ਰਹੀ ਹੈ ਤੇ ਜਦੋਂ ਇਹੋ ਜਿਹੀਆਂ ਘਟਨਾ ਘਟਦੀਆਂ ਨੇ ਨਾ ਤੇ ਹੋਰ ਨਫ਼ਰਤ ਜਿਹੜੀ ਆ ਉਹ ਪੈਦਾ ਹੋ ਜਾਂਦੀ ਆ ਆਂਢਾਂ ਗੁਆਂਢਾਂ 'ਚ, ਭਰੋਸਗੀ ਟੁੱਟ ਜਾਂਦੀ ਆ, ਭਰੋਸਾ ਟੁੱਟ ਜਾਂਦਾ, ਵਿਸ਼ਵਾਸ ਟੁੱਟ ਜਾਂਦਾ। ਕੋਈ ਵੀ ਬੰਦਾ ਆਪਣੇ ਘਰ ਨੂੰ ਤਾਲਾ ਲਾਉਣ ਤੋਂ ਪਹਿਲਾਂ ਗੁਆਂਢੀ ਨੂੰ ਨਹੀਂ ਦੱਸਦਾ ਵੀ ਮੈਂ ਕਿਤੇ ਚੱਲਿਆ, ਇਸ ਕਰਕੇ ਨਹੀਂ ਦੱਸਦਾ ਵੀ ਕਿਤੇ ਗੁਆਂਢੀ ਮੇਰੇ ਘਰ ਚੋਰੀ ਨਾ ਕਰਾ ਦੇ, ਕਿਉਂਕਿ ਇਹ ਜਿਹੀਆਂ ਘਟਨਾਵਾਂ ਜਿਹੜੀਆਂ ਨਾ ਉਹ ਸਾਡੀ ਭਾਈਚਾਰਕ ਸਾਂਝ ਨੂੰ ਤੋੜਦੀਆਂ ਨੇ। ਸੋ ਸਮਾਜ ਦੇ ਅੰਦਰ ਅਜਿਹਾ ਕੁਝ ਮਤਲਬ ਲੋਕਾਂ ਨੂੰ, ਕਿਉਂਕਿ ਇੰਨੇ ਘਟਨਾ ਘਟ ਚੁੱਕੀਆਂ, ਮੇਰਾ ਤੇ ਖਿਆਲ ਹੈ ਵੀ ਘਟਨਾ ਘਟਣੀਆਂ ਚਾਹੀਦੀਆਂ ਸੀ, ਕਿਉਂਕਿ ਹੁਣ ਕਹਿੰਦੇ ਨੇ ਲੋਕ ਬਹੁਤ ਜ਼ਿਆਦਾ ਐਜੂਕੇਟ ਹੋ ਗਏ ਨੇ, ਬਹੁਤ ਪੜ੍ਹ ਲਿਖ ਕੇ ਉੱਚੀ ਸੋਚ ਦੇ ਮਾਲਕ ਹੋ ਗਏ ਨੇ, ਇਹਨਾਂ ਦੀ ਸੋਚ ਅੱਜ ਤੀਸਰੀ ਜਿਹੜੀ ਅਰਥ ਵਿਵਸਥਾ 'ਚ ਜਾ ਰਹੀ ਹੈ। ਪਰ ਮੈਂ ਕਹਿੰਦਾ ਵੀ ਉਹਨਾਂ ਵਾਸਤੇ ਲੋਕਾਂ ਲਈ ਤੀਸਰੀ ਅਰਥ ਵਿਵਸਥਾ 'ਚ ਜਾਣ ਦਾ ਕੀ ਮਹਿਣੇ ਆ, ਜਿਹਨਾਂ ਨੂੰ ਜਿਹਨਾਂ ਦੇ ਬੱਚੇ ਹੀ ਖੋਹ ਲੈ ਜਾਂਦੇ ਨੇ, ਜਿਹੜੇ ਅੱਜ ਵੀ ਰੂੜੀਵਾਦ ਵਿਚਾਰਾਂ ਦੇ ਧਾਰਨੀ ਨੇ। ਅੱਜ ਲੋੜ ਤੇ ਇਸ ਗੱਲ ਦੀ ਵੀ ਅਸੀਂ ਵਿਗਿਆਨ ਨਾਲ ਜੁੜੀਏ, ਵਿਗਿਆਨ ਨਾਲ ਜੁੜ ਕੇ ਵਿਗਿਆਨਕ ਸੋਚ ਧਾਰਨ ਕਰੀਏ। ਇਹ ਜਿਹੜੇ ਰੂੜੀਵਾਦੀ ਵਿਚਾਰ ਨੇ, ਇਹ ਵਹਿਮਾਂ ਤੇ ਭਰਮਾਂ ਦੇ, ਇਹ ਟੂਣੇ ਤੇ ਟੱਪਿਆਂ ਦੇ, ਇਹ ਜਿਹੜੇ ਵਹਿਮ ਸਾਡੇ ਧਰਮਾਂ ਦੇ ਵਿੱਚ ਜਾਂ ਆਂਢ ਗੁਆਂਢ ਦੀਆਂ ਮਾਨਸਿਕ ਸਥਿਤੀਆਂ 'ਚ ਜਿਹੜੇ ਉਲਝੇ ਨੇ, ਇਹਨਾਂ ਨੂੰ ਦੂਰ ਕਰਕੇ ਅਸੀਂ ਇੱਕ ਚੰਗਾ ਤੇ ਵਧੀਆ ਸੁਚਾਰੂ ਤੇ ਨਰੋਆ ਸਮਾਜ ਜਿਹੜਾ ਉਸਾਰਿਆ ਜਾ ਸਕਦਾ ਹੈ ਜੇ ਸਾਡੇ ਲੋਕ ਅੱਗੇ ਆਉਣ ਤਾਂ। ਲਹਿਰ ਸਾਹਿਬ, ਮੈਂ ਇੱਕ ਹੋਰ ਗੱਲ ਕਹਾਂ ਕਿ ਇੱਥੇ ਆਪਾਂ ਕੱਲੀ ਗੁਆਂਢਣ ਨੂੰ ਨਹੀਂ ਦੋਸ਼ੀ ਕਹਿ ਸਕਦੇ, ਅੱਜ ਕੱਲ ਕੁੜੀ ਕਿਤੇ ਵੀ ਸੇਫ ਨਹੀਂ ਹੈ। ਜੇਕਰ ਆਪਾਂ ਸਕੂਲਾਂ ਕਾਲਜਾਂ ਦੀ ਵੀ ਗੱਲ ਕਰੀਏ, ਕਿਤੇ ਵੀ ਆਪਾਂ ਕੁੜੀ ਦੀ ਕਿਆ ਗੱਲ ਕਰੀਏ, ਅੱਜ ਕੱਲ ਤਾਂ ਮੁੰਡੇ ਵੀ ਸੇਫ ਨਹੀਂ ਹੈ। ਮੁੰਡਿਆਂ ਦੇ ਚਾਹੇ ਕਤਲ ਹੋ ਜਾਂਦੇ ਆ, ਕੁੜੀਆਂ ਨਾਲ ਹੋਰ ਘਿਨੌਣੀਆਂ ਹਰਕਤਾਂ ਹੋ ਜਾਂਦੀਆਂ, ਰਾਹ ਜਾਂਦੀ ਕੁੜੀ ਨੂੰ ਵੀ ਬਖਸ਼ਿਆ ਨਹੀਂ ਜਾ ਸਕਦਾ। ਆਪਾਂ ਭਰੋਸਾ ਕਰੀਏ ਤਾਂ ਕਰੀਏ ਕਿਸ ਤੇ? ਲੋਕਾਂ ਦੀ ਮਾਨਸਿਕਤਾ ਹੀ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ, ਲੋਕੀ ਅੱਜ ਕੱਲ ਮੋਬਾਈਲ ਦੇਖ ਦੇਖ ਕੇ ਉਹਨਾਂ ਦਾ ਮਨ ਪਤਾ ਨਹੀਂ ਕਿੱਥੇ ਭੜਕ ਕੇ ਕੀ ਕੀ ਹਰਕਤਾਂ ਕਰਨ ਲਈ ਉਹ ਮਜਬੂਰ ਹੋ ਜਾਂਦਾ, ਉਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ ਚੱਲਦਾ।
ਕਤਲ ਕਰਕੇ ਬਾਅਦ ਚੋਂ ਪਛਤਾਉਂਦੇ ਨੇ। ਤੁਹਾਨੂੰ ਇੱਕ ਮਾਨਸਾ ਦੀ ਗੱਲ ਦੱਸਾਂ ਕਿ ਇੱਕ ਔਰਤ ਨੇ ਜਿਵੇਂ ਆਪਣੇ 8 ਸਾਲਾਂ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰਤਾ। ਮੌਤ ਦੇ ਘਾਟ ਕਿਸ ਕਾਰਨ ਉਤਾਰਿਆ ਸੀ? ਅੱਜ ਦੇਖੋ ਦਿਲਰੋਜ ਲਈ ਉਹਦੀ ਮਾਂ ਤੜਫ ਰਹੀ ਹੈ, ਪਰ ਉਹ ਕਪੱਤੀ ਮਾਂ ਅਜਿਹੀ ਸੀ ਕਿ ਉਹਨੇ ਆਪਣੇ ਬੱਚੇ ਦਾ ਹੀ ਕਤਲ ਕਰਤਾ। ਕਤਲ ਕਰਨ ਦਾ ਕਾਰਨ ਕੀ ਸੀ? ਕਿ ਉਹ ਆਪਣੇ ਬੱਚੇ ਨੂੰ ਰੋਟੀ ਨਹੀਂ ਸੀ ਖਵਾ ਸਕਦੀ, ਉਹਦਾ ਜਿਹੜਾ ਘਰ ਵਾਲਾ ਸੀ ਉਹ ਜੇਲ੍ਹ ਵਿੱਚ ਸੀ। ਕਿਆ ਅਜਿਹੀਆਂ ਵੀ ਮਾਵਾਂ ਹੁੰਦੀਆਂ ਨੇ ਕਿ ਆਪਣੇ ਬੱਚੇ ਨੂੰ ਰੋਟੀ ਨਹੀਂ ਦੇ ਸਕਦੀਆਂ? ਮਾਵਾਂ ਤਾਂ ਅਜਿਹੀਆਂ ਹੁੰਦੀਆਂ ਕਿ ਆਪਣੀ ਬੁਰਕੀ ਖੋ ਕੇ ਵੀ ਬੱਚੇ ਨੂੰ ਰੋਟੀ ਦੇ ਦਿੰਦੀਆਂ, ਔਰ ਆਪ ਗਿੱਲੇ ਤੇ ਸੋ ਕੇ ਬੱਚੇ ਨੂੰ ਸੁੱਕੇ ਤੇ ਸਵਾਉਂਦੀਆਂ ਨੇ। ਪਰ ਅਜਿਹੀਆਂ ਮਾਵਾਂ ਬਾਰੇ ਵੀ ਤੁਸੀਂ ਕੀ ਕਹੋਗੇ? ਉਸ ਕੇਸ ਵਿੱਚ ਲਹਿਰ ਸਾਹਿਬ ਪਤਾ ਕੀ ਜਾਂਦਾ ਹੈ, ਖਬਰ ਆਪਣੇ ਕੋਲੇ ਆਈ ਸੀ, ਆਪਾਂ ਆਪ ਤੇ ਚਰਚਾ ਵੀ ਕਰੀ ਸੀ, ਕੀਤੀ ਸੀ। ਉਸ ਕੇਸ ਦੇ ਵਿੱਚ ਕੀ ਹੈ, ਉਹ ਜਨਾਨੀ ਜਿਹੜੀ ਹੈ ਉਹਦੇ ਕਿਸੇ ਨਜਾਇਜ਼ ਤਾਲੁਕਾਤ ਸੀ। ਬਿਲਕੁਲ, ਉਹ ਬੰਦਾ ਉਹਨੂੰ ਦੁਬਈ ਜਾਣ ਦਾ ਲਾਰਾ ਲਾ ਰਿਹਾ ਸੀਗਾ ਵੀ ਜਿਹੜਾ ਤੇਰਾ ਮੁੰਡਾ ਹੈਗਾ ਉਹ ਅੜਚਣ ਪੈਦਾ ਹੋ ਰਿਹਾ ਹੈ। ਪਰ ਸਭ ਤੋਂ ਵੱਡੀ ਗੱਲ, ਮੂਰਖ ਲੇਡੀ ਸੀ, ਉਹ ਬੱਚਾ ਤਾਂ ਪੇਕੇ ਰਹਿ ਰਿਹਾ ਸੀ, ਇੱਕ ਦਿਨ ਪਹਿਲਾਂ ਉਹਨੂੰ ਪੇਕੇ ਤੋਂ ਲੈ ਕੇ ਆਈ ਆ ਮਾਰਨ ਵਾਸਤੇ, ਉਹਨੂੰ ਉਹਦਾ ਕਤਲ ਕਰਨ ਵਾਸਤੇ। ਗਿਲ ਸਾਹਿਬ ਮਾਰਨ ਨਹੀਂ, ਮਾਰ ਕੇ ਲੈ ਕੇ ਆਈ ਹੈ, ਪੈਰਾਸੀਟਾ ਮੋਲ ਦੇ ਕੇ ਬੱਸ ਵਿੱਚ ਬਿਠਾ ਕੇ ਰਾਸਤੇ ਚ ਉਹਨੂੰ ਲੈ ਕੇ ਆ ਰਹੀ, ਔਰ ਮਰੇ ਪਏ ਨੂੰ ਹੀ ਉਹ ਲੈ ਕੇ ਆ ਰਹੀ ਹੈ। ਈਵਨ ਕਿ ਆਪਣੇ ਪੇਕਿਆਂ ਨੂੰ ਵੀ ਨਹੀਂ ਦੱਸਿਆ ਕਿ ਜਦੋਂ ਉਹ ਲੈ ਕੇ ਆਉਂਦੀ ਹੈ ਕਿ ਉਹਦਾ ਬੱਚਾ ਮਰ ਚੁੱਕਿਆ। ਗਿਲ ਸਾਹਿਬ ਗੱਲ ਤਾਂ ਇਹ ਆ ਵੀ ਅਸਲ 'ਚ ਸਾਡੇ ਸਮਾਜ 'ਚ ਨਾ ਇੱਦਾਂ ਦੀਆਂ ਸਾਰੀਆਂ ਜਿਹੜੀਆਂ ਘਿਨਾਉਣੀਆਂ ਜਿਹੜੀਆਂ ਕਾਰਵਾਈਆਂ ਹੁੰਦੀਆਂ ਆ ਰਹੀਆਂ, ਲੋਕੀ ਪਾਗਲ ਹੋ ਗਏ। ਸੋ ਉਹਦੇ 'ਚ ਕਾਰਨ ਇੱਕ ਪਾਗਲ ਨਹੀਂ, ਸਾਈਕੋ ਤਾਂ ਹੈ ਹੀ ਨਹੀਂ, ਪਰ ਸਾਡਾ ਜਿਹੜਾ ਮੈਂ ਪਹਿਲਾਂ ਵੀ ਕਹਿ ਤੋ ਸਿਸਟਮ ਦਾ, ਕਿਉਂਕਿ ਕੁਝ ਕੇਸਾਂ 'ਚ ਇੱਦਾਂ ਹੋਇਆ ਜਦੋਂ ਕੇਸ 'ਚ ਇੱਕ ਸਾਰਾ ਕੁਝ ਵਾਪਰਦਾ ਕਿਉਂਕਿ ਪ੍ਰੋਸੀਡਿੰਗ ਹੁੰਦੀ ਹੈ, ਇੱਕ ਪੁਲਿਸ ਜਿਹੜੀ ਹੈ ਬੰਦੇ ਨੂੰ ਅਰੈਸਟ ਵੀ ਕਰ ਲੈਂਦੀ ਦਬਾਅ ਹੇਠ, ਕਈ ਦਾ ਤੇ ਇਹਦੇ ਕੋਈ FIR ਜਿਹੜੀ ਆ ਪਰਚਾ ਹੀ ਦਰਜ ਨਹੀਂ ਹੁੰਦਾ। ਸਾਡੇ ਇੱਕ ਵਾਰੀ ਮਹਿਤੇ ਕੇਸ ਇੱਦਾਂ ਦਾ ਹੋ ਗਿਆ ਸੀ ਤੇ ਅਸੀਂ ਬਹੁਤ ਜ਼ਬਰਦਸਤੀ ਜਿਹੜਾ ਉਹ ਕੇਸ ਦਾ ਨਾਕੇ ਲਾ ਲਾ ਕੇ ਜਿਹੜੀ ਟ੍ਰੈਫਿਕ ਜਾਮ ਕਰਕੇ ਤੇ ਪੁਲਿਸ ਨੂੰ ਮਜਬੂਰ ਕੀਤਾ ਵੀ 302 ਦਾ ਪਰਚਾ ਬਣਦਾ, ਤੁਸੀਂ 302 ਦਾ ਪਰਚਾ ਦਰਜ ਕਰੋ, ਮਰਡਰ ਹੈ, ਕਤਲ ਹੋਇਆ ਹੋਇਆ। ਸੋ ਇਸ ਕਰਕੇ ਕਈ ਵਾਰ ਇਹ ਜੇ ਘਟਨਾ ਦੇ ਪਿੱਛੇ ਬਹੁਤ ਵੱਡੇ ਲੌਜਿਕ ਹੁੰਦੇ ਨੇ। ਲੌਜਿਕ ਕੀ ਹੁੰਦੇ ਨੇ, ਜਾਂ ਤਾਂ ਪੋਲੀਟੀਕਲ ਪ੍ਰਭਾਵ ਬੰਦੇ ਜਿਹੜੇ ਉਹ ਸਮਾਜ ਦੇ ਵਿੱਚ ਪੋਲੀਟੀਕਲ ਉਹਨਾਂ ਨੂੰ ਸਹਾਰਾ ਹੁੰਦਾ, ਜਾਂ ਉਹ ਮਤਲਬ ਫਾਈਨੈਂਸ਼ੀਅਲੀ ਤੌਰ ਤੇ ਬਹੁਤ ਮਜ਼ਬੂਤ ਹੁੰਦੇ ਨੇ, ਜਾਂ ਉਹਨਾਂ ਦਾ ਜਿਹੜਾ ਪਰਿਵਾਰਕ ਪਿਛੋਕੜਾ ਬਹੁਤ ਵੱਡਾ ਹੁੰਦਾ, ਤੇ ਜੇ ਉਹਨਾਂ ਵੱਲੋਂ ਕਿਹਨੂੰ ਘਿਨਾਉਣਾ ਕਾਰਨਾਮਾ ਕੀਤਾ ਜਾਂਦਾ ਤੇ ਪੁਲਿਸ ਵੀ ਇਸ ਐਕਸ਼ਨ ਦੇ ਵਿੱਚ ਬਹੁਤ ਸਲੋ ਮੋਸ਼ਨ ਨਾਲ ਕੰਮ ਕਰਦੀ ਆ। ਜੇ ਤਾਂ ਦਬਾਅ ਪੈ ਗਿਆ ਤੇ ਪਰਚਾ ਦਰਜ ਆ, ਜੇ ਨਹੀਂ ਦਬਾਅ ਪਿਆ ਤੇ ਪਰਚੇ ਨੂੰ ਕਈ ਕਈ 6-6 ਮਹੀਨੇ ਲੱਗ ਜਾਂਦੇ ਨੇ ਇਨਵੈਸਟੀਗੇਸ਼ਨ 'ਚ। ਚੰਗਾ ਹੋਵੇ ਜੇ ਪੁਲਿਸ ਤੇ ਸਾਡਾ ਨਿਆਂਪਾਲਿਕਾ ਜਿਹੜੀ ਆ ਇਹਨੂੰ ਸੁਖਾਲਾ ਕਰੇ, ਸੌਖਾ ਕਰੇ। ਹੁਣ ਜੇ ਆਪਾਂ ਛੋਟੀ ਜਿਹੀ ਗੱਲ ਕਰਦੇ, ਕਈ ਵਾਰ ਮੈਂ ਸ਼ਰਮ ਵੀ ਆਉਂਦੀ ਸਾਨੂੰ ਜਦੋਂ ਬਲਾਤਕਾਰ ਦਾ ਕੇਸ ਹੁੰਦਾ ਨਾ, ਤੇ ਬਲਾਤਕਾਰ ਕੇਸ ਦੇ ਵਿੱਚ ਹੁਣ ਜਿਹੜੀ ਔਰਤ ਨਾਲ ਹੋਇਆ, ਹੁਣ ਉਹ ਔਰਤ ਇੰਨੀ ਸ਼ਰਮਿੰਦਗੀ ਇੰਨੀ ਮੌਤ ਦੇ ਮੂੰਹ 'ਚੋਂ ਨਿਕਲੀ ਹੁੰਦੀ ਆ, ਹੁਣ ਜੇ ਕੋਰਟ ਤੇ ਸਾਡਾ ਥਾਣੇ ਵਾਲੇ ਕਹਿਣ ਵੀ ਤੇਰੇ ਨਾਲ ਘਟਨਾ ਕਿੱਦਾਂ ਦੀ ਘਟੀ, ਉਹ ਕਹਿੰਦੀ ਪਹਿਲਾਂ ਤਾਂ ਮੈਂ ਮੇਰੇ ਨਾਲ ਬਲਾਤਕਾਰ ਹੋਇਆ ਤੇ ਹੁਣ ਤੀਜੀ ਵਾਰ ਜਾਂ ਦੂਜੀ ਵਾਰ ਤੁਸੀਂ ਚਾਹੁੰਦੇ ਹੋ ਗੱਲਾਂ ਗੱਲਾਂ ਕਰਕੇ। ਸੋ ਇਹ ਸਾਡੇ ਸਿਸਟਮ 'ਚ ਸਾਡੇ ਕਾਨੂੰਨ 'ਚ ਵੀ ਬਹੁਤ ਜ਼ਿਆਦਾ ਕਮੀਆਂ ਪੇਸ਼ੀਆਂ ਨੇ, ਜਿਨ੍ਹਾਂ ਕਮੀਆਂ ਨੂੰ ਦੂਰ ਕਰਨ ਦੀ ਲੋੜ ਆ, ਸਮਾਜ ਨੂੰ ਇਹਦੇ 'ਚ ਅੱਗੇ ਆਉਣ ਦੀ ਲੋੜ ਹੈ, ਤਾਂ ਕਰਕੇ ਇਹ ਸਮਾਜ 'ਚ ਸੁਧਾਰ ਹੋ ਸਕਦਾ। ਤੇ ਪੋਲੀਟੀਕਲ ਲੋਕ, ਰਾਜਨੀਤਿਕ ਲੋਕ ਜਿਹੜੇ ਨੇ, ਜਾਂ ਸਾਡਾ ਜਿਹੜਾ ਨਿਆਂਪਾਲਿਕਾ ਜਾਂ ਸਾਡਾ ਜਿਹੜਾ ਪ੍ਰਸ਼ਾਸਨਿਕ ਸਾਡਾ ਢਾਂਚਾ, ਇਹਦੇ ਅੰਦਰ ਵੀ ਕੁਝ ਨਾ ਕੁਝ ਜਿਹੜੀਆਂ ਘਾਟਾਂ ਕਮਜ਼ੋਰੀਆਂ ਨੇ, ਇਹਨਾਂ ਨੂੰ ਦੂਰ ਜ਼ਰੂਰ ਕਰਨਾ ਪਊਗਾ। ਤੇ ਦੂਰ ਹੋਊਗਾ ਕਿਵੇਂ? ਦੂਰ ਹੋਏਗਾ ਲੋਕਾਂ ਦੇ ਮਤਲਬ ਇਕੱਠ ਨਾ, ਲੋਕਾਂ ਦੇ ਦਬਾਅ ਨਾ, ਲੋਕ ਦਬਾਅ ਚਾਹੁਣਗੇ ਤਾਂ ਹੀ ਸਾਡੇ ਜਿਹੜੇ ਲੋਕ ਅੱਗੇ ਆ ਕੇ। ਇਹ ਕੋਈ ਜ਼ਰੂਰੀ ਨਹੀਂ ਵੀ ਪੜ੍ਹਿਆ ਲਿਖਿਆ ਬੰਦਾ ਅੱਗੇ ਆਵੇ, ਸਾਡਾ ਉਹ ਸਮਾਜ ਅੱਗੇ ਆ ਸਕਦਾ ਜਿਹਦੇ ਸਮਾਜ ਨਾਲ ਘਟਨਾਵਾਂ ਘਟ ਰਹੀਆਂ ਨੇ।
ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਲੋਕਾਂ ਦੀ ਮਾਨਸਿਕਤਾ ਉਹ ਜਲਦੀ ਠੀਕ ਹੋ ਜਾਏ। ਪੁਲਿਸ ਪ੍ਰਸ਼ਾਸਨ ਅਗਰ ਛੇਤੀ ਕਾਰਵਾਈ ਕਰ ਲਏ ਤਾਂ ਅਜਿਹੀਆਂ ਜਿਹੜੀਆਂ ਘਿਣਾਉਣੀਆਂ ਹਰਕਤਾਂ ਨੇ ਉਹਨਾਂ ਵਿੱਚ ਹੋਰ ਵਾਧਾ ਨਹੀਂ ਹੋਊਗਾ। ਜੇਕਰ ਪੁਲਿਸ ਪ੍ਰਸ਼ਾਸਨ ਨੂੰ ਜਦੋਂ ਹੀ ਰਿਪੋਰਟ ਮਿਲਦੀ ਹੈ ਜਾਂ ਕੋਈ ਸ਼ਿਕਾਇਤ ਦਰਜ ਕਰਵਾਉਂਦਾ ਉਹ ਚੁੱਪ ਚਾਪ ਨਾ ਬੈਠੇ, ਉਸੇ ਟਾਈਮ ਜੇਕਰ ਕਾਰਵਾਈ ਕਰੇ, ਦੋਸ਼ੀ ਨੂੰ ਦੋਸ਼ੀ ਠਹਿਰਾਇਆ ਜਾਏ ਔਰ ਜਿਹੜਾ ਬੇਕਸੂਰ ਆ ਉਹਨੂੰ ਬੇਕਸੂਰ ਹੀ ਠਹਿਰਾਇਆ ਜਾਏ। ਜਲਦੀ ਉਹਨੂੰ ਜੇਕਰ ਸਜ਼ਾਵਾਂ ਦਵਾਈਆਂ ਜਾਣ ਤਾਂ ਅਜਿਹੀਆਂ ਘਿਣਾਉਣੀਆਂ ਹਰਕਤਾਂ ਸਮਾਜ ਦੇ ਵਿੱਚ ਨਹੀਂ ਵਾਪਰਨਗੀਆਂ। ਜੀ ਲਹਿਰ ਸਾਹਿਬ ਜਾਂਦੇ ਆਣੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਸਮਾਜ ਨੂੰ ਇੱਕ ਸੁਨੇਹਾ ਹੀ ਦਿਆਂਗਾ ਕਿ ਅੱਜ ਲੋਕਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈਗੀ ਆ। ਇਹੋ ਜਿਹੇ ਘਿਣਾਉਣੇ ਜੁਰਮਾਂ ਦੇ ਖਿਲਾਫ ਜੇ ਤੁਸੀਂ ਬਾਹਰ ਨਹੀਂ ਨਿਕਲਦੇ, ਤੁਸੀਂ ਆਵਾਜ਼ ਬੁਲੰਦ ਨਹੀਂ ਕਰਦੇ, ਏਕਤਾ ਪੈਦਾ ਨਹੀਂ ਕਰਦੇ, ਜਾਗਰੂਕਤਾ ਪੈਦਾ ਨਹੀਂ ਕਰਦੇ, ਤਾਂ ਤੁਸੀਂ ਮਤ ਸੋਚੋ ਵੀ ਸਾਡਾ ਰਾਜਨੀਤਿਕ ਢਾਂਚਾ ਜਾਂ ਸਾਡੀ ਪੁਲਿਸ ਪ੍ਰਸ਼ਾਸਨ ਜਾਂ ਸਾਡਾ ਜਿਹੜਾ ਨਿਆਂ ਪਾਲਿਕਾ ਅੱਜ ਜਿਹਨੇ ਬਹੁਤ ਇੱਕ ਥੰਮ ਦੇ ਤੌਰ ਤੇ ਕੰਮ ਕਰਨਾ ਹੁੰਦਾ, ਅੱਜ ਉਹ ਵੀ ਸੁਸਤ ਚਾਲ ਚੱਲਦਾ, ਅੱਜ ਉਹ ਵੀ ਪੱਖ ਵੇਖਦਾ ਵੀ ਕਿਹੜਾ ਪੱਖ ਭਾਰੀ ਆ ਤੇ ਕਿਹੜਾ ਡਾਊਨ ਹੈ। ਬਹੁਤ ਘੱਟ ਥਾਵਾਂ ਤੋਂ ਇਨਸਾਫ ਦੀ ਜਿਹੜੀ ਆਸ ਕੀਤੀ ਜਾ ਸਕਦੀ ਹੈ। ਜੇ ਤੁਸੀਂ ਅੱਗੇ ਆ ਪਾਉਂਦੇ ਹੋ, ਅੱਗੇ ਵੱਧ ਕੇ ਲੋਕਾਂ ਦੀ ਸੋਚ ਨੂੰ ਜਾਗਰੂਕ ਕਰਕੇ ਅੱਗੇ ਆਉਂਦੇ ਹੋ, ਇਕੱਠ ਕਰਦੇ ਹੋ, ਲੜਦੇ ਹੋ, ਤੇ ਆਉਣ ਵਾਲੇ ਸਮਾਜ 'ਚ ਆਪਾਂ ਕੁੱਝ ਨਾ ਕੁੱਝ ਜਿਹੜਾ ਇਹਨਾਂ ਘਟਨਾਵਾਂ ਨੂੰ ਜਿਹੜੀਆਂ ਹੋਣ ਤੋਂ ਬਚਾਇਆ ਜਾ ਸਕਦਾ, ਘਟਾਇਆ ਜਾ ਸਕਦਾ, ਖਤਮ। ਤਾਂ ਵੇਖੋ ਜੀ, ਮਨੁੱਖੀ ਸੁਭਾਅ ਆ, ਇਸ ਸੁਭਾਅ ਦੇ ਅੰਦਰ ਰਿਸ਼ਵਤਖੋਰੀ ਵੀ ਆ, ਇਸ ਸੁਭਾਅ ਦੇ ਉੱਤੇ ਸਿਫਾਰਸ਼ ਵੀ ਆ, ਇਸ ਸੁਭਾਅ ਦੇ ਉੱਤੇ ਭ੍ਰਿਸ਼ਟਾਚਾਰੀ ਵੀ ਆ। ਇਸ ਸਮਾਜ ਦੇ ਅੰਦਰ ਬਹੁਤ ਕੁੱਝ ਗੰਧਲ ਹੈ ਜਿਹਨੂੰ ਸਾਫ਼ ਕਰਨ ਵਾਸਤੇ ਸਿਰਫ਼ ਮਾਨਸਿਕ ਸਥਿਤੀ ਜਿਹੜੀ ਆ, ਮਨ ਦੇ ਅੰਦਰ ਸੁਧਾਰ ਕਰਨ ਦੀ ਜ਼ਰੂਰਤ, ਏਕਤਾ ਪੈਦਾ ਕਰਨ ਦੀ ਜ਼ਰੂਰਤ, ਤਾਂ ਹੀ ਇੱਕ ਨਵੇਂ ਜਿਹੜੇ ਕਾਢ ਨੇ ਉਹਨਾਂ ਤੋਂ ਠੱਲ ਜਿਹੜੀ ਆ ਪਾਈ ਜਾ ਸਕਦੀ ਹੈ। ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਇਜਾਜ਼ਤ ਦੀ ਹੁਣ ਸਾਨੂੰ ਲੋੜ ਹੈ ਕਿਉਂਕਿ ਡਿਬੇਟ ਨੂੰ ਸਾਨੂੰ ਇੱਥੇ ਸਮਾਪਨ ਨੂੰ ਕਰਨਾ ਪਊਗਾ ਕਿਉਂਕਿ ਇਸ਼ਾਰਾ ਹੋ ਚੁੱਕਿਆ ਸਮਾਂ, ਕਿਉਂਕਿ ਅਗਲਾ ਪ੍ਰੋਗਰਾਮ ਵੀ ਬ੍ਰੌਡਕਾਸਟ ਹੋਣਾ। ਸੋ ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਮਾਸੂਮ ਬੱਚੀ ਤੇ ਇੱਕ ਦਰਦ ਭਰੀ ਚਰਚਾ ਕਿੱਦਾਂ ਦੀ ਲੱਗੀ, ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜ਼ਰੂਰ ਦੇ ਦਿਆ ਕਰੋ। ਕੱਲ੍ਹ ਅਸੀਂ ਚਰਚਾ ਕਰਾਂਗੇ ਇਸੇ ਪੋਲੀਟੀਕਲ ਮੁੱਦੇ ਤੇ, ਰਾਜਨੀਤਿਕ ਮੁੱਦੇ ਤੇ ਜਾਂ ਫਿਰ ਪੰਜਾਬ ਦੇ ਮਸਲਿਆਂ। ਤਦ ਤੱਕ ਸਾਨੂੰ ਤਿੰਨਾਂ ਨੂੰ ਇਜਾਜ਼ਤ ਦੇ ਦਿਓ। ਰੱਬ ਰੱਬ ਰੱਖਾ।